ਬਲਾਵਲ ਮਹਿਲਾ ਪੰਜਵਾਂ ਧਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਧਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਉ ਨਾਠਾ ਭ੍ਰਮ ਮਿਟ ਗਿਆ ਰਵਿਆ ਨਿਤਨਾਮ ਸਾਧ ਜਨਾ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈਂ ਘੜੀ ਸੁਲੱਖਣੀ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮੈਂ ਫਿਰ ਤੇ ਪਹਿ ਨਾਮ ਨਾਨਕ ਤਿਸ ਸਰਨਾਗਤੀ ਘਟ ਘਟ ਸਭ ਜਾਨ ਨਾਨਕ ਤਿਸ ਸਰਨਾਗਤੀ ਘਟ ਘਟ ਸਭ ਜਾਨ ਚਬਰ ਛਤਰ ਤਖ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼ਸ਼ੋਭਤ ਗੁਰੂ ਪਿਆਰਿਓ ਆਪ ਸਭ ਵਡਭਾਗੀ ਹੋਂ, ਧੰਨਤਾ ਦੇ ਯੋਗ ਹੋਂ, ਅਮੋਲਕ ਘੜੀਆਂ ਦੀ ਦਾਤ ਪ੍ਰਾਪਤ ਹੋਈ ਆ। ਸੋ ਆਓ ਗੁਰਬਾਣੀ ਦਾ ਲਾਹ ਖੱਟੀਏ, ਵਿਚਾਰ ਆਰੰਭ ਕਰੀਏ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ, ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ ਆ, ਰਹਿਮਤ ਕੀਤੀ ਆ। ਸਾਡੀ ਰੂਹ ਦੀ ਖੁਰਾਕ, ਜਿੰਦ ਦੀ ਖੁਰਾਕ ਗੁਰਬਾਣੀ ਅਮੋਲਕ ਬਚਨ, ਇਹਨਾਂ ਦੇ ਰਾਹੀਂ ਸਾਨੂੰ ਪਾਤਸ਼ਾਹ ਨੇ ਬੜੇ ਪਿਆਰ ਦੇ ਵਿੱਚ ਸਮਝਾਇਆ ਗਾ। ਬਲਾਵਲ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜੋ ਸ਼ਬਦ ਗਾਇਨ ਕੀਤਾ ਹੈ, ਸ਼ਬਦ ਦੀਆਂ ਰਹਾਉ ਵਾਲੀਆਂ ਜੋ ਤੁਕਾਂ ਨੇ, ਸਾਧ ਜਨਾ ਕੈ ਸੰਗ ਬਸਤ,
ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ। ਹੁਣ ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੜਾ ਸੋਹਣਾ ਸਮਝਾਇਆ ਗਾ, ਸਾਧ ਜਨਾ ਕੈ ਸੰਗ ਵਸਤ। ਇਹਦਾ ਅਰਥ ਕੀ ਬਣ ਗਿਆ? ਗੁਰੂ ਸਾਹਿਬ ਜੀ ਕਹਿੰਦੇ ਸਾਧ ਰੱਬ ਦੇ ਪਿਆਰੇ ਗੁਰੂ ਹਨੇਰੇ ਤੋਂ ਚਾਨਣ ਤੱਕ ਲੈ ਕੇ ਜਾਣ ਵਾਲਾ ਉਹਨੂੰ ਗੁਰੂ ਕਹਿੰਦੇ ਹਨ। ਹਨੇਰੇ ਤੋਂ ਚਾਨਣ ਤੱਕ ਸਾਡੀ ਜ਼ਿੰਦਗੀ ਨੂੰ ਲਿਜਾਣ ਵਾਲਾ ਉਹ ਗੁਰੂ ਹੈ। ਉਸੇ ਨੂੰ ਗੁਰੂ ਸਾਹਿਬ ਜੀ ਨੇ ਇੱਥੇ ਸਾਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਉਹ ਰੱਬ ਦੇ ਪਿਆਰਿਆਂ ਦੀ ਜਿਹੜੇ ਤੇਰੀ ਜ਼ਿੰਦਗੀ 'ਚ ਹਨੇਰੇ ਦੇ ਵਿੱਚੋਂ ਕੱਢ ਕੇ ਤੈਨੂੰ ਗਿਆਨ ਦੇ ਪ੍ਰਕਾਸ਼ ਵਿੱਚ ਪ੍ਰਵੇਸ਼ ਕਰ ਦੇਣ, ਉਹਨਾਂ ਦੀ ਰੱਬ ਦੇ ਪਿਆਰਿਆਂ ਦੀ ਸਾਧ ਜਨਾਂ ਦੀ ਤੂੰ ਰੋਜ਼ ਭਾਈ ਕੀ ਕਰਨੀ ਹੈ? ਸੰਗਤ ਕਰਨੀ ਹੈ। ਚਲੋ ਇਹਦੇ ਬਾਰੇ ਆਪਾਂ ਨੂੰ ਕਾਫ਼ੀ ਗਿਆਨ ਆ ਵੀ ਸੰਗਤ ਸਾਡੀ ਜ਼ਿੰਦਗੀ ਦੇ ਵਿੱਚ ਕਾਫ਼ੀ ਅਹਿਮੀਅਤ ਰੱਖਦੀ ਆ। ਫਿਰ ਪਾਤਸ਼ਾਹ ਜੀ ਕਹਿੰਦੇ ਸਾਧ ਜਨਾ ਕੈ ਸੰਗ ਵਸਤ। ਉਹਨਾਂ ਦੇ ਸੰਗ ਵਸਣ ਦੇ ਨਾਲ, ਜਾਣੀ ਕਿ ਨੇੜੇ ਰਹਿਣ ਦੇ ਨਾਲ, ਫਿਰ ਪਾਤਸ਼ਾਹ ਜੀ ਬਖਸ਼ਿਸ਼ ਕੀ ਕਰਦੇ ਨੇ? ਕਹਿੰਦੇ ਸੁੱਖ ਪ੍ਰਾਪਤ ਹੋਵੇਗਾ, ਸੁੱਖ ਸਹਿਜ ਵਿਸਰਾਮ। ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਸਹਿਜ ਤੇ ਅਗਲੀ ਗੱਲ ਕਹੀਏ ਵਿਸਰਾਮ। ਤੇ ਵਿਸਰਾਮ ਦਾ ਅਰਥ ਆਪ ਜੀ ਨੂੰ ਪਤਾ ਹੈ, ਜੋ ਆਪਾਂ ਬੜੇ ਵਾਰੀ ਕਰਦੇ ਹਾਂ, ਟਿਕ ਜਾਣਾ, ਆਰਾਮ ਦੀ ਅਵਸਥਾ ਵਿੱਚ ਪ੍ਰਵੇਸ਼ ਹੋ ਜਾਣਾ, ਜਾਂ ਜਿਹਨੂੰ ਆਪਾਂ ਸ਼ਾਂਤੀ ਜਾਂ ਆਨੰਦ ਵੀ ਕਹਿ ਸਕਦੇ ਹਾਂ। ਕਹਿੰਦੇ ਗੁਰੂ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਨਾ, ਉਹਨਾਂ ਦੇ ਨੇੜੇ ਰਹਿਣ ਦੇ ਨਾਲ ਆਹ ਕੁਛ ਮਿਲ ਜਾਂਦਾ ਬਾਈ। ਤੇ ਨੇੜੇ ਕਿਸ ਹਿਸਾਬ ਦੇ ਨਾਲ ਰਹਿਣਾ ਗਾ, ਇਹ ਆਪਾਂ ਇਸ ਗੱਲ ਤੋਂ ਥੋੜ੍ਹਾ ਜਿਹਾ ਵਾਕਫ ਹੋਣਾ ਜ਼ਰੂਰੀ ਆ। ਕਈ ਵਾਰ ਆਪਾਂ ਜਿਹੜੀ ਗੁਰਬਾਣੀ ਹੁੰਦੀ ਹੈ ਇਸ ਨੂੰ ਦੁਨਿਆਵੀ ਮਤ ਮੁਤਾਬਕ ਅੱਖਰੀ ਅਰਥਾਂ ਤੱਕ ਸੀਮਤ ਰਹਿ ਜਾਂਦੇ ਹਾਂ। ਇੱਕ ਉਦਾਹਰਨ ਬੜੀ ਪਿਆਰੀ ਆ, ਤੁਸੀਂ ਬਹੁਤ ਵਾਰੀ ਸੁਣੀ ਆ ਵੀ ਇੱਕ ਵਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਇੱਕ ਇਸ਼ਾਰੇ ਮਾਤਰ ਹੀ ਗੱਲ ਕਰਨੀ ਆਪਾਂ ਵੀ ਆਪਣੇ ਨਜ਼ਦੀਕਲੇ ਨੇੜਲੇ ਗੁਰਸਿੱਖਾਂ ਨੂੰ ਬੁਲਾਇਆ, ਸੰਗਤ ਸਜੀ ਹੋਈ ਆ, ਤੇ ਪਾਤਸ਼ਾਹ ਜੀ ਨੇ ਇਉਂ ਕਹਿ ਲਵੋ ਵੀ ਤਿੰਨ ਬਰਤਨਾਂ ਦੇ ਵਿੱਚ ਪਾਣੀ ਮੰਗਵਾਇਆ। ਹੁਣ ਦੀ ਭਾਸ਼ਾ ਮੁਤਾਬਕ ਆਪਾਂ ਗੱਲ ਕਰ ਲਈਏ ਵੀ ਤਿੰਨ ਜੱਗ ਪਾਣੀ ਦੇ ਮੰਗਵਾਏ। ਹੁਣ ਗੁਰੂ ਸਾਹਿਬ ਜੀ ਨੇ ਪਹਿਲੇ ਜੱਗ ਦੇ ਵਿੱਚ, ਦੂਜੇ ਜੱਗ ਦੇ ਵਿੱਚ ਤੇ ਤੀਜੇ ਜੱਗ ਦੇ ਵਿੱਚ ਜਿੱਥੇ ਪਾਣੀ ਪਿਆ ਵਿਆ ਉੱਥੇ ਕੁਛ ਉਹਨਾਂ ਵਿੱਚ ਪਾਉਣ ਦੇ ਲਈ ਹੋਰ ਮੰਗਵਾਇਆ। ਉਹ ਕੀ ਮੰਗਵਾਇਆ? ਨੰਬਰ ਇੱਕ ਤੇ ਮਿੱਟੀ ਦਾ ਰੋੜਾ,
ਨੰਬਰ 2 ਤੇ ਪੱਥਰ, ਨੰਬਰ 3 ਤੇ ਪਤਾਸੇ। ਇਹ ਤਿੰਨ ਚੀਜ਼ਾਂ ਗੁਰੂ ਸਾਹਿਬ ਨੇ ਹੋਰ ਮੰਗਵਾਈਆਂ। ਹੁਣ ਪਹਿਲੇ ਜੱਗ ਦੇ ਵਿੱਚ ਪੱਥਰ ਪਾ ਦਿੱਤਾ ਸਭ ਦੇ ਸਾਹਮਣੇ, ਸਭ ਨੂੰ ਵਿਖਾ ਕੇ, ਤੇ ਦੂਜੇ ਜੱਗ ਦੇ ਵਿੱਚ ਦੂਜੇ ਵਰਤਣ ਦੇ ਵਿੱਚ ਮਿੱਟੀ ਦਾ ਰੋੜਾ ਪਾ ਦਿੱਤਾ, ਉਹ ਵੀ ਸਭ ਨੂੰ ਵਿਖਾ ਕੇ ਸਭ ਦੇ ਸਾਹਮਣੇ। ਤੇ ਤੀਜੇ ਜੱਗ ਵਿੱਚ ਸੱਚੇ ਪਾਤਸ਼ਾਹ ਨੇ ਪਤਾਸੇ ਪਾ ਦਿੱਤੇ, ਉਹ ਵੀ ਸਭ ਨੂੰ ਵਿਖਾ ਕੇ ਤੇ ਸਭ ਦੇ ਸਾਹਮਣੇ। ਹੁਣ ਜਿਹੜੇ ਪਾਤਸ਼ਾਹ ਦੇ ਨੇੜੇ ਗੁਰਸਿੱਖ ਨੇ ਨਾ, ਜਿਨ੍ਹਾਂ ਦੇ ਨਾਲ ਇਉਂ ਕਹਿ ਲਓ ਗੁਰੂ ਸਾਹਿਬ ਹਰ ਗੱਲ ਸਾਂਝੀ ਕਰ ਲੈਂਦੇ ਨੇ, ਤੇ ਉਹਨਾਂ ਨੂੰ ਪਾਤਸ਼ਾਹ ਨੇ ਕੁਝ ਵਕਤ ਬਾਅਦ ਇੱਕ ਇਸ਼ਾਰਾ ਕੀਤਾ। ਕਹਿੰਦੇ ਵੀ ਜਿਹੜੇ ਤਿੰਨੇ ਜੱਗਾਂ ਦੇ ਵਿੱਚ ਆਪਾਂ ਅੱਡੋ ਅੱਡ ਵਸਤੂਆਂ ਪਾਈਆਂ ਸੀ ਨਾ, ਤਿੰਨੇ ਜੱਗਾਂ ਵਿੱਚ ਅਲੱਗ ਅਲੱਗ ਵਸਤੂਆਂ ਪਾਈਆਂ ਸੀ, ਉਹਨਾਂ ਨੂੰ ਬਾਹਰ ਕੱਢ ਲਓ ਜਿਵੇਂ। ਚਲੋ ਗੁਰੂ ਦੇ ਸਿੱਖ ਨੇ ਗੁਰੂ ਦਾ ਵਚਨ ਮੰਨਣਾ ਹੀ ਹੈਗਾ। ਪਹਿਲੇ ਜੱਗ ਵਿੱਚ ਹੱਥ ਪਾਇਆ ਤੇ ਪੱਥਰ ਸੀ, ਪੱਥਰ ਨੂੰ ਬਾਹਰ ਕੱਢ ਲਿਆ, ਸਨਮੁਖ ਰੱਖ ਦਿੱਤਾ, ਸੰਗਤ ਵੇਖ ਰਹੀ ਆ। ਦੂਜੇ ਜੱਗ ਵਿੱਚ ਹੱਥ ਪਾਇਆ ਤੇ ਦੂਜੇ ਜੱਗ ਵਿੱਚੋਂ ਮਿੱਟੀ ਦਾ ਜੋ ਰੋੜਾ ਪਾਇਆ ਸੀ ਨਾ, ਉਹ ਖੁਰ ਚੁੱਕਿਆ ਗਾ ਤੇ ਉਹ ਮਿੱਟੀ ਦੀ ਤਹਿ ਬਣ ਚੁੱਕੀ ਆ ਥੱਲੇ ਤੱਕ, ਜੱਗ ਦੇ ਤਲੇ ਨਾਲ ਨਾ ਤਹਿ ਬਣ ਚੁੱਕੀ ਆ, ਤੇ ਵਿੱਚੋਂ ਕੁਝ ਮਿੱਟ ਗਈ ਨਿਕਲਦੀ ਹੱਥ ਪਾਏ ਤੋਂ, ਪਰ ਰੋੜਾ ਨਹੀਂ ਨਿਕਲਿਆ। ਬਚਨ ਕਰ ਦਿੱਤਾ, ਕਹਿੰਦੇ ਸੱਚੇ ਪਾਤਸ਼ਾਹ ਜਿਹੋ ਜਿਹਾ ਰੋੜਾ ਪਾਇਆ ਸੀ ਉਹੋ ਜਿਹਾ ਰੋੜਾ ਤਾਂ ਨਹੀਂ ਹੈ, ਪਰ ਮਿੱਟੀ ਖੁਰ ਕੇ ਘੁਲ ਕੇ ਥੱਲੇ ਲੱਗ ਚੁੱਕੀ ਆ। ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜੇ ਨਹੀਂ ਮਿੱਟੀ ਦਾ ਰੋੜਾ ਸੇਮ ਨਿਕਲਦਾ ਕੋਈ ਗੱਲ ਨਹੀਂ, ਤੀਸਰੇ ਜੱਗ 'ਚ ਹੱਥ ਪਾ ਲਓ। ਜੋ ਤੀਜੇ ਜੱਗ ਵਿੱਚ ਹੱਥ ਪਾਇਆ ਤੇ ਪਤਾਸੇ ਨੇ ਜਿਹੜੇ ਉਹ ਵਿੱਚ ਘੁਲ ਚੁੱਕੇ ਨੇ, ਰਲ ਚੁੱਕੇ ਨੇ, ਮਿਕਸ ਹੋ ਚੁੱਕੇ ਆ, ਪਾਣੀ ਵਿੱਚ ਇੱਕ ਮਿਕ ਹੋ ਚੁੱਕੇ ਨੇ, ਤੇ ਹੱਥ ਘੁਮਾਇਆ ਤੇ ਸਤਿਗੁਰਾਂ ਨੂੰ ਕਹਿੰਦੇ ਪਾਤਸ਼ਾਹ ਇਹਦੇ ਵਿੱਚ ਤਾਂ ਕੁਛ ਵੀ ਨਹੀਂ ਹੈ, ਜੋ ਪਤਾਸੇ ਪਾਏ ਸਨ ਉਹ ਪਤਾਸੇ ਖੁਰ ਚੁੱਕੇ ਨੇ, ਭਲਾ ਤੁਹਾਡਾ ਹੁਕਮ ਆ ਵੀ ਤਿੰਨੇ ਵਰਤਣਾਂ ਦੇ ਵਿੱਚੋਂ ਤਿੰਨੇ ਚੀਜ਼ਾਂ ਨੂੰ ਬਾਹਰ ਕੱਢ ਕੇ ਰੱਖਿਆ ਜਾਵੇ, ਤਾਂ ਹੁਣ ਕੀ ਕਰੀਏ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਚਲੋ। ਇੱਦਾਂ ਦਾ ਕੌਤਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਦੇ ਸਨਮੁਖ ਕੀਤਾ ਤੇ ਨਾਲ ਸੰਗਤ ਨੇ ਪੁੱਛਣਾ ਕੀਤਾ, ਸੱਚੇ ਪਾਤਸ਼ਾਹ ਤੁਸੀਂ ਰੋਜ਼ਾਨਾ ਕਥਾ ਵਿਚਾਰ ਕਰਦੇ ਹੋ ਤੇ ਅਸੀਂ ਸੁਣ ਕੇ ਜਾਂਦੇ ਹਾਂ, ਤੇ ਅੱਜ ਇਹ ਜਿਹੜਾ ਕੌਤਕ ਵਰਤਾਇਆ ਤੁਸੀਂ, ਇਹ ਕਾਹਦੇ ਲਈ ਆ, ਕਿਉਂ ਹੈ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਨੰਦ ਲਾਲ ਵੱਲ ਵੀ ਇਸ ਗੱਲ ਦਾ ਨਿਰਣਾ ਤਾਂ ਭਾਈ ਨੰਦ ਲਾਲ ਜੀ ਦੇ ਸਕਦੇ ਹਨ। ਜਦੋਂ ਇਉਂ ਕਹਿਣ, ਇਸ ਗੱਲ ਦਾ ਨਿਰਣਾ ਤਾਂ ਭਾਈ ਨੰਦ ਲਾਲ ਜੀ ਦੇ ਸਕਦੇ ਹਨ। ਜਦੋਂ ਇਦਾਂ ਇਸ਼ਾਰਾ ਕੀਤਾ, ਨੰਦ ਲਾਲ ਦੀਆਂ ਅੱਖਾਂ ਵਿੱਚੋਂ ਬਰਾਗਮੀ ਹੰਝੂ ਵੀ ਵਗ ਪਏ ਤੇ ਨਾਲ ਹੱਥ ਬੰਨ ਕੇ ਬੇਨਤੀ ਕਰਦੇ ਆ ਸੰਗਤ ਨੂੰ, ਸੱਚੇ ਪਾਤਸ਼ਾਹ ਜੀ ਦੇ ਇਸ ਕੌਤਕ ਦੇ ਸੰਬੰਧੀ। ਸੰਗਤ ਜੀ, ਗੁਰੂ ਸਾਹਿਬ ਨੇ ਨਾ ਇਹ ਕੌਤਕ ਪਤਾ ਕਾਹਦੇ ਲਈ ਵਰਤਿਆ ਗਾ,
ਜਿਹੜਾ ਕੌਤਕ ਵਰਤਾਇਆ ਨਾ, ਇਹ ਕੌਤਕ ਤੁਹਾਨੂੰ ਪਤਾ ਕਾਹਦੇ ਲਈ ਵਰਤਾਇਆ ਗਾ? ਇਹ ਸਿਰਫ ਸਾਨੂੰ ਸਮਝਾਉਣ ਦੇ ਲਈ ਵਰਤਾਇਆ ਗਾ। ਇਹਦੇ ਵਿੱਚੋਂ ਸੰਗਤ ਬੋਲਦੀ ਹੈ ਵੀ ਸਮਝ ਕੀ ਆਊਗੀ, ਪਤਾ ਕੀ ਲੱਗੂਗਾ ਸਾਨੂੰ ਵੀ ਕੀ ਗੱਲ ਬਣ ਗਈ, ਸਾਨੂੰ ਤਾਂ ਕੋਈ ਜੱਜਮੈਂਟ ਨਹੀਂ ਹੁੰਦੀਗੀ। ਤੇ ਨਾਲ ਇਸ਼ਾਰਾ ਕੀ ਕੀਤਾ, ਤਿੰਨ ਜੱਗ ਪਾਣੀ ਦੇ, ਉਹੀ ਗੱਲ ਦੁਬਾਰਾ ਰਿਪੀਟ ਕੀਤੀ ਆ। ਪਹਿਲੇ ਜੱਗ ਵਿੱਚ ਪੱਥਰ, ਦੂਜੇ ਵਿੱਚ ਮਿੱਟੀ ਦਾ ਰੋੜਾ ਤੇ ਤੀਜੇ ਵਿੱਚ ਪਤਾਸੇ। ਤੇ ਗੁਰੂ ਸਾਹਿਬ ਨੇ ਇਸ਼ਾਰਾ ਕੀ ਕੀਤਾ, ਸਿਰਫ ਇਸ਼ਾਰਾ ਇਹ ਕੀਤਾ ਵੀ ਸੰਗਤ ਤਿੰਨ ਕਿਸਮ ਦੀ ਆ ਜਿਹੜੀ ਗੁਰੂ ਚਰਨਾਂ ਵਿੱਚ ਆ ਕੇ ਜੁੜਦੀ ਆ। ਪਾਣੀ ਦੀ ਜਗ੍ਹਾ ਤੇ ਗੁਰਬਾਣੀ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਆਪਾਂ ਪੜ੍ਹਦੇ ਹਾਂ ਨਾ। ਹੁਣ ਨਮੂਨਾ ਕੀ ਬਣਾਇਆ ਵੀ ਗੁਰੂ ਗ੍ਰੰਥ ਸਾਹਿਬ ਰੂਪੀ ਵਰਤਣਾ, ਤੇ ਇਹਦੇ ਵਿੱਚ ਗੁਰਬਾਣੀ ਰੂਪੀ ਪਾਣੀ ਆ। ਗੁਰਬਾਣੀ ਰੂਪੀ ਪਾਣੀ ਆ, ਬਹੁਤੇ ਤਾਂ ਉਹ ਨੇ ਜਿਹੜੇ ਆਪਣਾ ਸੁਭਾਅ, ਆਪਣੇ ਮਨ ਦੀ ਭਾਵਨਾ ਪੱਥਰ ਵਰਗੀ ਬਣਾਈ ਬੈਠੇ ਆ। ਉਹਨਾਂ ਦੀ ਵਿਚਾਰਿਆਂ ਦੀ ਸਿਹਤ ਤੇ ਕੋਈ ਵੀ ਅਸਰ ਨਹੀਂ ਹੁੰਦਾ। ਉਹ ਪੱਥਰ ਵਾਂਗੂ, ਜਿਵੇਂ ਪੱਥਰ ਵਿੱਚੋਂ ਪਾਣੀ ਬਾਹਰ ਕੱਢ ਲਿਆ, ਵਾਹਿਗੁਰੂ ਪਾਣੀ ਵਿੱਚੋਂ ਪੱਥਰ ਬਾਹਰ ਕੱਢ ਲਿਆ ਨਾ, ਤੇ ਉਹਨਾਂ ਦਾ ਸੁਭਾਅ ਵੀ ਇਹੋ ਜਿਹੀ ਆ। ਗੁਰੂ ਕੋਲੇ ਆਉਂਦੇ ਨੇ ਪਰ ਪੱਥਰ ਦੇ ਵਾਂਗ ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ। ਉਹ ਆ ਜਾਂਦੇ ਨੇ ਤੇ ਵਾਪਸ ਮੁੜ ਜਾਂਦੇ ਨੇ। ਤੇ ਦੂਸਰਾ ਪੁਆਇੰਟ, ਕੁਝ ਸੰਗਤ ਉਹ ਆ, ਕੁਝ ਕੁ ਸੰਗਤ ਉਹ ਆ, ਪਾਤਸ਼ਾਹ ਕਹਿੰਦੇ ਜਿਹੜੀ ਸੰਗਤ ਆਉਂਦੀ ਹੈ ਤੇ ਆਪਣੇ ਮਨ ਨੂੰ ਪਤਲਾਵੀ ਕਰ ਲੈਂਦੀ ਆ, ਮਤਲਬ ਆਪਣੇ ਵਿਚਾਰ ਗੁਰੂ ਕੋਲੇ ਆਉਣ ਵੇਲੇ ਬਦਲਾ ਵੀ ਲੈਂਦੀ ਹੈ, ਜਾਣੀ ਕਿ ਖੁਰ ਜਾਂਦੀ ਆ। ਪਰ ਜਦੋਂ ਗੁਰੂ ਕੋਲੋਂ ਵਾਪਸ ਹੋ ਜਾਂਦੇ ਨੇ ਤਾਂ ਉਦੋਂ ਉਹਨਾਂ ਦੀ ਜਿਹੜੀ ਮਤ ਆ ਉਹ ਆਪਣੀ ਮਤ ਫੇਰ ਸ਼ੁਰੂ ਹੋ ਜਾਂਦੀ ਆ, ਜਾਣੀ ਕਿ ਉਹਨਾਂ ਤੇ ਅਸਰ ਕਿੰਨਾ ਕਾ, ਮਿੱਟੀ ਵਰਗਾ ਸੁਭਾਅ ਉਹਨਾਂ ਦਾ, ਮਿੱਟੀ ਦਾ ਆਕਾਰ ਸੀ ਜਿਹੜਾ, ਰੋੜਾ ਸੀ ਨਾ ਜਿਹੜਾ, ਉਹ ਪਾਣੀ ਚ ਖੁਰਤਾ ਗਿਆ। ਪਰ ਖੁਰਨ ਤੋਂ ਬਾਅਦ ਉਹ ਮਿੱਟੀ ਦਾ ਰੂਪ ਤੈਅ ਬਣ ਕੇ ਥੱਲੇ ਪਾਣੀ ਦੇ ਜੰਮ ਗਿਆ। ਮਿੱਟੀ ਖੁਰਤਾ ਗਈ ਪਰ ਮਿੱਟੀ ਵਿੱਚ ਮਿਕਸ ਨਹੀਂ ਹੋਏਗੀ। ਬਹੁਤਿਆਂ ਦਾ ਸੁਭਾਅ ਮਿੱਟੀ ਦੇ ਰੋੜੇ ਵਰਗਾ, ਗੁਰੂ ਕੋਲੇ ਆ ਕੇ ਕੁਝ ਟਾਈਮ ਦੇ ਲਈ ਖੁਰਤਾ ਗਏ, ਗੁਰੂ ਕੋਲੇ ਆ ਕੇ ਵਾਹਿਗੁਰੂ ਜੀ ਭਲਾ ਕਰੇ, ਆਪਾਂ ਇਸ ਗੱਲ ਨੂੰ ਸਮਝੀਏ, ਗੁਰੂ ਕੋਲੇ ਆ ਕੇ ਮਨ ਤਾਂ ਉਹਨਾਂ ਦਾ ਪਤਲਾ ਪੈ ਗਿਆ। ਇੱਕ ਵਾਰੀ ਤਾਂ ਉਹਨਾਂ ਨੇ ਸਿਰ ਹਿਲਾਤਾ ਸੀ, ਹੁੰਗਾਰਾ ਭਰਤਾ ਸੀ ਵੀ ਹਾਂ ਸੱਚੇ ਪਾਤਸ਼ਾਹ ਜੋ ਤੁਸੀਂ ਕਹਿੰਦੇ ਹੋ ਸਹੀ ਆ, ਪਰ ਮੈਂ ਗਲਤ ਹਾਂ। ਇੱਕ ਵਾਰੀ ਤਾਂ ਉਹਨਾਂ ਦੀ ਭਾਵਨਾ ਇੱਦਾਂ ਬਦਲ ਗਈ ਨਾ, ਪਰ ਜਦੋਂ ਗੁਰੂ ਕੋਲੋਂ ਚਲੇ ਗਏ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿੰਦੇ ਹਾਂ ਉਹੀ ਬਾਹਾਂ ਉਹੀ ਕੁਹਾੜੀ, ਮਤਲਬ ਉਹਨਾਂ ਨੇ ਆਪਣੇ ਆਪ ਨੂੰ ਪੂਰਾ ਗੁਰੂ ਵਿੱਚ ਲੀਨ ਨਹੀਂ ਕੀਤਾ। ਤੇ ਸੱਚੇ ਪਾਤਸ਼ਾਹ ਤੀਸਰਾ ਇਸ਼ਾਰਾ, ਜਿਹੜਾ ਤੀਜਾ ਇਸ਼ਾਰਾ ਨਾ ਉਹ ਇਹ ਹੈ, ਤੇ ਬਹੁਤੀ ਉਹ ਸੰਗਤ ਆ, ਬਹੁਤੀ ਉਹ ਸੰਗਤ ਆ ਜਿਹੜੀ ਗੁਰੂ ਕੋਲੇ ਆ ਕੇ ਨਾ, ਆ ਕੇ ਤਾਂ ਛੱਡੋ, ਇੱਕ ਵਾਰੀ ਗੁਰੂ ਨਾਲ ਆਪਣੇ ਆਪ ਨੂੰ ਮੇਲ ਲਿਆ, ਆਪਣੇ ਆਪ ਨੂੰ ਗੁਰੂ ਨਾਲ ਮਿਲਾ ਲਿਆ,
ਤੇ ਸੱਚ ਜਾਣਿਓ ਉਹਨਾਂ ਦੀ ਅਵਸਥਾ ਆ ਬਣ ਗਈ ਕਿਹੜੀ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਣੀ। ਉਹਨਾਂ ਦੀ ਅਵਸਥਾ ਹੀ ਬਣ ਗਈ, ਉਹਨਾਂ ਦਾ ਸੁਭਾਅ ਪਤਾਸਿਆਂ ਵਰਗਾ, ਜਿੱਦੇ ਵੀ ਉਹ ਆਪਣੀ ਹਉਮੈ ਮੈਂ ਮੇਰੀ ਨੂੰ ਲੈ ਕੇ ਪਤਾਸੇ ਦੇ ਰੂਪ ਚ ਗੁਰੂ ਕੋਲੇ ਪਹੁੰਚੇ ਸੀ, ਉਸ ਤੋਂ ਬਾਅਦ ਉਹਨਾਂ ਦੀ ਮੈਂ ਮੇਰੀ ਮਿਟ ਗਈ। ਬਸ ਹਉਮੈ ਦੀਰਘ ਰੋਗ ਹੈ, ਦਾਰੂ ਭੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਉਹ ਗੁਰੂ ਦੇ ਸ਼ਬਦ ਦੀ ਕਮਾਈ ਇੰਨੀ ਕਰਨ ਲੱਗੇ, ਇੰਨੀ ਕਰਨ ਲੱਗੇ। ਨੰਦ ਲਾਲ ਜੀ ਕਹਿੰਦੇ ਨਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਮਿਕ ਹੋ ਗਏ। ਤੇ ਇੱਕ ਮਿਕ ਹੋਣ ਤੋਂ ਭਾਵ ਕੀ ਆ, ਗੁਰੂ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਉਦਾਹਰਣ ਇਸ ਗੱਲ ਨੂੰ ਸਮਝਣ ਦੇ ਲਈ ਦੁਬਾਰਾ ਇੱਕ ਵਾਰੀ ਫਿਰ ਰਿਪੀਟ ਕਰ ਲਈਏ ਵੀ ਇੱਕ ਜੱਗ ਵਿੱਚ ਪਾਣੀ ਪੱਥਰ ਪਾਇਆ, ਪੱਥਰ ਸੁੱਕੇ ਦਾ ਸੁੱਕਾ, ਬਹੁਤੀ ਸੰਗਤ ਏਦਾਂ ਦੀ ਆ। ਦੂਜੇ ਜੱਗ ਵਿੱਚ ਪਾਣੀ, ਪਾਣੀ ਵਿੱਚ ਮਿੱਟੀ ਦਾ ਰੋੜਾ ਪਾਇਆ, ਬਦਲ ਤਾਂ ਗਿਆ ਪਰ ਉਹ ਆਪਣੇ ਆਪ ਨੂੰ ਪੂਰਾ ਨਹੀਂ ਬਦਲ ਸਕਿਆ, ਆਕਾਰ ਬਦਲ ਲਿਆ ਪਰ ਜਿਹੜਾ ਉਹਦਾ ਸੁਭਾਅ ਸੀ ਉਵੇਂ ਰੱਖਿਆ। ਬਾਹਰੀ ਤੌਰ ਤੇ ਅਸੀਂ ਵੀ ਆਕਾਰ ਜ਼ਰੂਰ ਬਦਲ ਲਿਆ ਪਰ ਜਿਹੜਾ ਸੁਭਾਗ ਆ ਉਦਾਂ ਦਾ ਹੀ ਆ। ਅੰਮ੍ਰਿਤ ਛਕ ਲਿਆ ਤਾਂ ਸਜੇ ਵੀ ਖੇਡੀ ਜਾਂਦੇ, ਅੰਮ੍ਰਿਤ ਛਕ ਲਿਆ ਨਿੰਦਾ ਚੁਗਲੀ ਅਜੇ ਵੀ ਆ, ਅੰਮ੍ਰਿਤ ਛਕ ਲਿਆ ਨਿਤਨੇਮ ਕਦੇ ਕੀਤਾ ਨਹੀਂ ਪਰ ਉਦਾਂ ਬਾਹਰੀ ਤੌਰ ਤੇ ਭੇਖ ਆਇਆ। ਇੱਦਾਂ ਮਿੱਟੀ ਵਾਂਗੂ ਉਹਨਾਂ ਨੇ ਆਕਾਰ ਜ਼ਰੂਰ ਬਦਲ ਲਿਆ ਪਰ ਆਪਣਾ ਸੁਭਾਅ ਨਹੀਂ ਤਿਆ ਗਿਆ। ਤੇ ਤੀਜਾ ਪਾਣੀ ਚ ਪਤਾਸੇ, ਪਤਾਸਿਆਂ ਨੇ ਆਪਣਾ ਸੁਭਾਅ ਬਿਲਕੁਲ ਬਦਲ ਲਿਆ, ਉਹ ਖੁਰਗੇ ਵਿੱਚ ਹੈ ਨਾ। ਤੇ ਹੁਣ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀ ਕੀਤਾ ਗਾ ਵੀ ਤਿੰਨ ਦਫ਼ਾ ਤਿੰਨ ਤਰ੍ਹਾਂ ਦੀ ਸੰਗਤ ਗੁਰੂ ਕੋਲੇ ਪਹੁੰਚਦੀ ਆ। ਤੇ ਇੱਥੋਂ ਇਸ਼ਾਰਾ ਕੀ ਆ ਇਤਿਹਾਸ ਦੇ ਵਿੱਚੋਂ ਹੀ, ਜੋ ਪੜ੍ਹਨ ਨੂੰ ਸੁਣਨ ਨੂੰ ਮਿਲਦਾ ਨਾ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ, ਤੇ ਆਪਾਂ ਤਾਂ ਸਤਿਕਾਰ ਵਜੋਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿਣਾ ਨਾ, ਪਰ ਉਸ ਟਾਈਮ ਤੇ ਹਜੇ ਧੰਨ ਸ੍ਰੀ ਗੁਰੂ ਕਹਾਉਣ ਯੋਗ ਨਹੀਂ ਸਨ, ਕੇਵਲ ਉਦੋਂ ਉਹਨਾਂ ਦਾ ਨਾਮ ਭਾਈ ਅਮਰੂਵਾ। ਪਰ ਆਪਾਂ ਨਹੀਂ ਅਮਰੂ ਵਰਤਿਆ, ਆਪਾਂ ਵਰਤਣਾ ਵੀ ਨਹੀਂ, ਆਪਣੇ ਲਈ ਗੁਰੂ ਬਹੁਤ ਵੱਡੀ ਚੀਜ਼ ਆ ਹਨਾ। ਹੁਣ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਉਹਨਾਂ ਨੇ ਇੱਕੋ ਵਾਰ ਮੱਥਾ ਟੇਕਿਆ, ਵਾਹਿਗੁਰੂ ਭਲਾ ਕਰੇ ਇਸ਼ਾਰਾ ਹੀ ਇੱਕ ਸਮਝਣ ਵਾਸਤੇ, ਇੱਕੋ ਵਾਰ ਅਜੇ ਤੱਕ। ਕਿਉਂ? ਕਿਉਂਕਿ ਇੱਕੇ ਵਾਰ ਉਹਨਾਂ ਨੇ ਗੁਰੂ ਨੂੰ ਨਮਸਕਾਰ ਕਰਕੇ ਤੇ ਅਰਦਾਸ ਕੀ ਕਰਤੀ ਸੀ, ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ। ਸਮੇਂ ਸਮੇਂ ਤੇ ਵਿਰੋਧੀ ਸ਼ਿਕਾਇਤਾਂ ਵੀ ਲਵਾਉਂਦੇ ਰਹੇ, ਤੁਹਾਡਾ ਬਹੁਤ ਲਾਡਲਾ ਗਾ, ਤੁਹਾਡੇ ਬੜਾ ਨੇੜੇ ਹੈਗਾ, ਪਰ ਤੁਹਾਨੂੰ ਕਦੇ ਸੀ ਨਹੀਂ ਦੇਖਿਆ ਵੀ ਉਹ ਦੁਬਾਰਾ ਕਿਤੇ ਨਮਸਕਾਰ ਕਰਨਾ ਹੋਵੇ, ਇੱਕ ਵਾਰੀ ਮੱਥਾ ਟੇਕਿਆ। ਪਰ ਕਿਉਂ? ਇਹ ਤੇ ਸਾਡਾ ਕੁਐਸਚਨ ਚਿੰਨ ਹੈਗਾ, ਪ੍ਰਸ਼ਨ ਆ ਪਾਤਸ਼ਾਹ ਇਹ ਕਿਉਂ ਹੈ। ਤਾਂ ਉੱਥੇ ਸੱਚੇ ਪਾਤਸ਼ਾਹ ਜੀ ਨੇ ਭਾਈ ਅਮਰੂ ਨੂੰ ਬੁਲਾ ਕੇ, ਜਾਣੀ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੁਲਾ ਕੇ ਇਹ ਸਿੱਧ ਕਰ ਦਿੱਤਾ ਸੀ ਵੀ ਤੁਹਾਡਾ ਸਾਰਿਆਂ ਦਾ ਸੁਭਾਅ ਪਤਾਸੇ ਵਰਗਾ ਹੋਣਾ ਚਾਹੀਦਾ, ਗੁਰੂ ਬਾਹਰੀ ਭੇਖ ਤੇ ਨਹੀਂ ਰੀਝਦਾ, ਗੁਰੂ ਅੰਦਰ ਦਾ ਸੁਭਾਅ ਵੇਖਦਾ, ਕੌਣ ਪਤਾਸੇ ਵਰਗਾ, ਕੌਣ ਮਿੱਟੀ ਦੇ ਰੋੜੇ ਵਰਗਾ ਤੇ ਕੌਣ ਪੱਥਰ ਵਰਗਾ। ਤੇ ਇੱਥੇ ਆਪਾਂ ਜੋ ਪੜ੍ਹਿਆ ਸੀ ਨਾ ਤਾਂ ਹੀ ਇਸ਼ਾਰਾ ਲਿੱਤਾ ਵਿੱਚੋਂ, ਜੋ ਆਪਾਂ ਪੜ੍ਹਿਆ ਸੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜ਼ਿਕਰ ਕਰਦੇ ਨੇ, ਸਾਧ ਜਨਾ ਕੈ ਸੰਗ ਵਸਤ,
ਜ਼ਿਕਰ ਕੀਤਾ ਪਾਤਸ਼ਾਹ ਨੇ, ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ। ਕਰਨੀ ਕਿਵੇਂ ਆ? ਪਤਾਸੇ ਵਾਂਗ। ਬਸ ਇਹ ਨਾਲ ਇਸ਼ਾਰਾ ਕੀਤਾ ਪਤਾਸੇ ਵਰਗਾ ਸੁਭਾਅ ਬਣਾ ਕੇ ਰੱਖਣਾ ਗਾ। ਜ਼ਿੰਦਗੀ ਦੇ ਸਾਰੇ ਵਿਵਹਾਰ ਕਰਨੇ ਨੇ, ਜ਼ਿੰਦਗੀ ਦੇ ਵਿੱਚ ਗ੍ਰਸਤੀ ਜੀਵਨ ਨੂੰ ਬਹੁਤ ਸੁਚੱਜੇ ਢੰਗ ਨਾਲ ਜਿਉਣਾ। ਪਰ ਚੇਤਾ ਰੱਖੀ ਬੇਟਾ, ਰਹੀ ਪਤਾਸੇ ਵਰਗਾ ਬਣ ਕੇ। ਗੁਰੂ ਨਾ ਕਿਸੇ ਕੰਮ ਤੋਂ ਮਨਾ ਕਰਦਾ, ਗੁਰੂ ਨਾ ਕਿਸੇ ਕੰਮ ਤੋਂ ਹਟਾਉਂਦਾ, ਗੁਰੂ ਦੁਨੀਆਂ ਦੇ ਕਿਸੇ ਵੀ ਕਾਰਜ ਤੋਂ ਸਾਨੂੰ ਪਾਸੇ ਨਹੀਂ ਕਰਦਾ। ਬਸ ਇਹ ਗੱਲ ਖਤਮ ਆ। ਪਰ ਜ਼ਿੰਦਗੀ ਦੇ ਵਿੱਚ ਸੁਭਾਅ ਕੀ ਰੱਖਣਾ? ਗੁਰ ਮੇਰਾ ਸੰਗ ਸਦਾ ਹੈ ਨਾਲੇ, ਭਾਵੇਂ ਤੁਸੀਂ ਦੁਕਾਨ ਤੇ ਬੈਠੇ ਹੋ, ਠੱਗੀਆਂ ਮਾਰ ਨੂੰ ਹਟ ਜਾ, ਦੁਕਾਨਦਾਰੀ ਕਰ। ਪਰ ਨੁਕਸਾਨ ਉਦੋਂ ਆ ਜਦੋਂ ਦੁਕਾਨ ਤੇ ਬੈਠਾ ਠੱਗੀਆਂ ਮਾਰਦਾ, ਨੁਕਸਾਨ ਇੱਥੇ ਆ, ਹਨਾ। ਇਸੇ ਕਰਕੇ ਕਿਹਾ ਗੁਰੂ ਸਾਹਿਬ ਨੇ, ਭਾਵੇਂ ਤੂੰ ਜੋ ਮਰਜ਼ੀ ਖਿੱਤੇ 'ਚ ਜੋ ਮਰਜ਼ੀ ਵਿਸ਼ੇ ਨਾਲ ਸੰਬੰਧਿਤ ਕੰਮ ਕਰਦਾ। ਪਹਿਲੀ ਗੱਲ ਤਾਂ ਗੁਰਮੁਖਾਂ ਦੇ ਕੰਮ ਹੀ ਬੜੇ ਪਵਿੱਤਰ ਹੁੰਦੇ ਨੇ। ਆਪਾਂ ਵੀ ਪੜ੍ਹਦੇ ਨਾ, ਕੰਮ ਹੀ ਪੂਜਾ ਹੈ, ਮਤਲਬ ਜਿਹਨੂੰ ਆਪਾਂ ਕਹਿ ਦਈਏ ਦਿਹਾੜੀ ਹੀ ਪੂਜਾ ਹੈ, ਡਿਊਟੀ ਹੀ ਪੂਜਾ ਹੈ। ਇਹ ਰੱਬ ਦੀ ਸੇਵਾ, ਆਪਣੀ ਡਿਊਟੀ ਨੂੰ, ਆਪਣੀ ਮਜ਼ਦੂਰੀ ਨੂੰ, ਆਪਣੇ ਕੰਮ ਨੂੰ ਰੱਬ ਦਾ ਕੰਮ ਜਾਣ ਕੇ ਕਰਨਾ। ਬਸ ਮੇਰੀ ਰੱਬ ਨੇ ਡਿਊਟੀ ਲਾਈ ਆ ਬੋਲਣ 'ਤੇ, ਮੈਂ ਕੰਮ ਕਰੀ ਜਾਂਦਾ। ਤੁਹਾਡੀ ਡਿਊਟੀ ਲਾਈ ਆ ਕਿਸੇ ਦੀ ਖੇਤੀ 'ਤੇ, ਕਿਸੇ ਮਾਤਾ ਭੈਣ ਦੀ ਡਿਊਟੀ ਲਾਈ ਆ ਰਸੋਈ 'ਚ, ਤਨਦੇਹੀ ਨਾਲ ਰਸੋਈ ਦਾ ਕੰਮ ਨਿਭਾਇਆ। ਵੀ ਜੇ ਪ੍ਰਸ਼ਾਦਾ ਛਕਣਾ ਨਾ, ਮੈਂ ਰੱਬ ਨੂੰ ਪ੍ਰਸ਼ਾਦਾ ਛਕਾਉਣਾ ਗਾ, ਮੈਂ ਕਿਸੇ ਵਿਅਕਤੀ ਨੂੰ ਪ੍ਰਸ਼ਾਦਾ ਨਹੀਂ ਛਕਾਉਣਾ। ਭਾਵਨਾ ਆ ਹੋਵੇ ਪਿੱਛੇ, ਹੈ ਨਾ। ਭਾਵਨਾ ਇਹ ਹੋਵੇ ਮੈਂ ਰੱਬ ਦੀ ਡਿਊਟੀ ਕਰਦਾ, ਮੈਂ ਬੰਦੇ ਦੀ ਡਿਊਟੀ ਥੋੜ੍ਹੀ ਕਰਦਾ। ਭਾਵਨਾ ਆ ਹੋਵੇ ਮੈਂ, ਭਾਵ ਜੇ ਕੰਮ ਕਰਦਾ ਨਾ, ਕਿਤੇ ਜਾ ਕੇ ਦਿਹਾੜੀ ਕਰਦਾ, ਮਿਹਨਤ ਮਜ਼ਦੂਰੀ ਕਰਦਾ, ਤਾਂ ਮੈਂ ਰੱਬ ਦੀ ਮਜ਼ਦੂਰੀ ਕਰਦਾ। ਇਹ ਤਾਂ ਇੱਕ ਸਬੱਬ ਬਣਾਇਆ ਗੁਰੂ ਸਾਹਿਬ ਨੇ, ਕਿਸੇ ਦਾ ਕਿੱਦਾਂ ਦਾ, ਕਿਸੇ ਦਾ ਕਿੱਦਾਂ ਦਾ। ਫਿਰ ਪਾਤਸ਼ਾਹ ਜੀ ਕਹਿੰਦੇ ਤੂੰ ਆਪਣੀ ਜ਼ਿੰਦਗੀ 'ਚ ਪਤਾਸੇ ਵਰਗਾ ਜੀਵਨ ਜਿਉਵੇਂਗਾ, ਭਾਵ ਗੁਰੂ ਨਾਲ ਇੱਕ ਮਿੱਕ ਹੋ ਕੇ ਜਿਉਵੇਂਗਾ। ਅਤੇ ਅਸੀਂ ਬਹੁਤ ਵਾਰੀ ਇਸ਼ਾਰਾ ਲਿੱਤਾ ਨਾ, ਗੁਰੂ ਸਾਹਿਬ ਜੀ ਦੇ ਪਰਥਾਏ ਆਪਾਂ ਖੜ ਕੇ ਇੱਕ ਬੇਨਤੀ ਕਰਦੇ ਹਾਂ, ਗਰੀਬ ਨਵਾਜ ਤੇ ਬੋਧੀ ਵਿਆਖਿਆ ਨਾ, ਜਦੋਂ ਗਰੀਬ ਨਵਾਜ ਤੇ ਹੁੰਦੀ ਆ ਤੇ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਘੁਮਾਇਆ ਜਾਂਦਾ ਗਾ ਵੀ ਗੁਰੂ ਕੱਲਾ ਨਾ ਗਰੀਬਾਂ ਦੇ ਨਾਲ ਹੀ ਸੰਗ ਰੱਖਦਾ ਤੇ ਅਮੀਰਾਂ ਦੇ ਨਾਲ ਨਹੀਂ ਰੱਖਦਾ ਗਾ। ਉਦੋਂ ਸਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਪਾਇਆ ਜਾਂਦਾ ਗਾ, ਪਰ ਵਾਹਿਗੁਰੂ ਭਲਾ ਕਰੇ, ਇੱਥੇ ਗਰੀਬੀ ਬਾਹਰੀ ਤੌਰ 'ਤੇ ਕੋਈ ਆਰਥਿਕ ਪੱਖੋਂ ਕਮਜ਼ੋਰੀ ਦੀ ਗੱਲ ਨਹੀਂ ਕੀਤੀ। ਗਰੀਬੀ ਦਾ ਮਤਲਬ ਇੱਥੇ ਨਿਮਰਤਾ, ਜਿਹਦੇ ਵਿੱਚ ਵੀ ਨਿਮਰਤਾ ਗੁਰੂ ਦੀ ਉਹਦੇ ਨਾਲ ਮਿੱਤਰਤਾ। ਬਸ ਹੰਕਾਰੀ ਵਿੱਚ ਨਿਮਰਤਾ ਕਦੇ ਨਹੀਂ ਆਵੇਗੀ, ਹੰਕਾਰੀ ਨਾਲ ਗੁਰੂ ਦੀ ਮਿੱਤਰਤਾ ਨਹੀਂ ਪੈ ਸਕਦੀ। ਕਿਉਂ? ਕਿਉਂਕਿ ਰਹਿਰਾਜ ਸਾਹਿਬ ਜੀ ਦੇ ਪਾਠ ਵਿੱਚ ਆਪਾਂ ਪੜ੍ਹਦੇ ਹਾਂ ਨਾ, ਆਸਾ ਕੀ ਆਸਾ ਦੀ ਰਾਗ ਦੇ ਵਿੱਚ ਪਾਤਸ਼ਾਹ ਨੇ ਲਿਖਿਆ ਗਾ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਮਤਲਬ ਅਹੰਕਾਰੀਆਂ, ਹੰਕਾਰੀ ਮਨੁੱਖ ਨਾਲੋਂ ਗੁਰੂ ਸਾਹਿਬ ਆਪਣਾ ਮੂੰਹ ਪਾਸੇ ਕਰ ਲੈਂਦੇ। ਉਹ ਭਾਵੇਂ ਕੋਈ ਆਰਥਿਕ ਪੱਖੋਂ ਕਮਜ਼ੋਰ ਵੀ ਹੰਕਾਰੀ ਹੋ ਸਕਦਾ, ਤੇ ਕੋਈ ਸਰੀਰਕ ਤਲ ਤੇ ਬਹੁਤ ਧਨਾੜ ਹੋਣ ਦੇ ਬਾਵਜੂਦ ਵੀ ਗਰੀਬ ਹੋ ਸਕਦਾ। ਰਾਏ ਬੁਲਾਰ ਕਿੰਨਾ ਅਮੀਰ ਸੀਗਾ ਨਾ, ਅਮੀਰ ਤੋਂ ਭਾਵ ਹੁੰਦਾ ਜਿਹਦੀ ਬੋਲ ਬਾਲਾ, ਜਿਹਦਾ ਦੁਨੀਆਂ ਦੇ ਵਿੱਚ ਸਿੱਕਾ ਚੱਲਦਾ ਹੋਵੇ, ਬੋਲ ਬਾਲੀ ਚੱਲਦੀ ਹੋਵੇ। ਹੁਣ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਵੇਲੇ ਨਿਗਾਹ ਮਾਰ ਕੇ ਵੇਖੀਏ, ਗੁਰੂ ਅਮਰਦਾਸ ਗੁਰੂ ਰਾਮਦਾਸ ਮਹਾਰਾਜ ਵੇਲੇ ਨਿਗਾਹ ਮਾਰ ਕੇ ਵੇਖੀਏ, ਕਿੰਨੇ ਸ਼ਾਹੂਕਾਰ ਲੋਕ ਨੇ, ਸੇਠ ਨੇ, ਵਪਾਰੀ ਨੇ, ਜਿਹੜੇ ਭਾਵ ਗੁਰੂ ਦੇ ਕਲੋਜ਼ ਨੇ, ਨੇੜੇ ਨੇ। ਤੇ ਰਾਮਦਾਸ ਮਹਾਰਾਜ ਨੇ 52
ਕਿੱਤਿਆਂ ਨਾਲ ਸੰਬੰਧਿਤ ਲੋਕਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਸਾਇਆ ਸੀ ਤੇ ਉਹਨਾਂ ਦੇ ਵਿੱਚ ਵਪਾਰੀ ਤੇ ਧਨਾੜ ਲੋਕ ਵੀ ਆਉਂਦੇ ਨੇ। 52 ਕਿੱਤਿਆਂ ਦੇ ਨਾਲ ਸੰਬੰਧਿਤ, ਕਿਉਂਕਿ ਇੱਕ ਗੱਲ ਨੂੰ ਸਮਝਣਾ ਪੈਣਾ ਵੀ ਜੇ ਮਿਹਨਤ ਕਰਨ ਵਾਲਾ, ਮਜ਼ਦੂਰੀ ਕਰਨ ਵਾਲਾ ਨਾ ਹੋਵੇ ਤਾਂ ਅਮੀਰ ਦਾ ਸਰਕਲ ਨਹੀਂ ਚੱਲ ਸਕਦਾ, ਅਮੀਰ ਨਾ ਹੋਵੇ ਤਾਂ ਗਰੀਬ ਦਾ ਸਰਕਲ ਨਹੀਂ ਚੱਲ ਸਕਦਾ। ਹਰ ਇੱਕ ਦਾ ਹਰ ਥਾਂ ਤੇ ਇੱਕ ਦੂਜੇ ਨਾਲ ਨਾਤਾ ਜੁੜਿਆ ਹੋਇਆ ਹੈਗਾ। ਚਲੋ, ਨੌਵੇਂ ਪਾਤਸ਼ਾਹ ਵੇਲੇ ਕਿੰਨੇ ਅਮੀਰ ਲੋਕ ਨੇ ਗੁਰੂ ਸਾਹਿਬ ਦੇ ਨਾਲ, ਲੱਖੀ ਸ਼ਾਹ ਬਣਜਾਰੇ ਵਰਗੇ, ਹੈ ਨਾ, ਮੱਖਣ ਸ਼ਾਹ ਲਵਾਣੇ ਵਰਗੇ। ਲਵਾਣਾ ਮੀਨਜ ਲੂਣ ਦਾ ਵਪਾਰੀ, ਮੱਖਣ ਸ਼ਾਹ। ਉਹਨਾਂ ਟਾਈਮਾਂ ਦੇ ਵਿੱਚ ਮੱਖਣ ਸ਼ਾਹ ਦੇ ਸਮੁੰਦਰੀ ਜਹਾਜ਼ ਵੀ ਚੱਲਦੇ ਨੇ, ਜਿਨ੍ਹਾਂ ਦਾ ਜ਼ਿਕਰ 12-13 ਜਹਾਜ਼ਾਂ ਦਾ ਆਉਂਦਾ ਹੈਗਾ। ਜਿਵੇਂ ਅੱਜ ਕਹਿ ਦਈਏ ਆਪਾਂ ਫਲਾਣੇ ਬੰਦੇ ਦੀ ਤਾਂ ਬਹੁਤ ਵੱਡੀ ਟਰਾਂਸਪੋਰਟ ਆ ਗਈ, ਉਹਦੇ ਕੋਲ ਤਾਂ ਘੋੜੇ ਟਰਾਲੇ ਚੱਲਦੇ ਨੇ। ਮੱਖਣ ਸ਼ਾਹ ਉਸ ਟਾਈਮ ਤੇ ਆ ਗਾ ਅੱਜ ਦੇ ਸੁਭਾਅ ਮੁਤਾਬਕ, ਹਾਲਾਂਕਿ ਗੱਡੀਆਂ ਘੋੜੇ ਤਾਂ ਬਹੁਤ ਛੋਟੀ ਪਦਵੀ ਆ ਗਈ, ਪਰ ਜਿਨ੍ਹਾਂ ਦੇ ਸਮੁੰਦਰੀ ਜਹਾਜ਼ ਚੱਲਦੇ, ਹੁਣ ਚੇਤਾ ਰੱਖਿਓ ਕਿੰਨਾ ਕੁ ਅਮੀਰ ਹੁੰਦਾਜ਼ਾ ਲਾਓ ਤੇ ਗੁਰੂ ਦੇ ਕਿੰਨਾ ਕਲੋਜ਼ ਆ, ਕਿੰਨਾ ਨੇੜੇ ਆ ਉਹ, ਹੈ ਨਾ। ਉਹ ਆਗਾ ਕਿਵੇਂ, ਪਾਣੀ ਦੇ ਵਿੱਚ ਪਤਾਸੇ ਵਰਗਾ, ਉਹ ਆ ਪਾਣੀ ਵਿੱਚ ਪਤਾਸੇ ਵਰਗਾ। ਤੇ ਨਾਲ ਗੁਰੂ ਸਾਹਿਬ ਦੇ ਉਹ ਵੀ ਲੋਕ ਨੇ ਜਿਹੜੇ ਆਰਥਿਕ ਪੱਖੋਂ ਭਾਵੇਂ ਦੇਖਣ ਨੂੰ ਵਿਚਾਰੇ ਕਮਜ਼ੋਰ ਲੱਗਦੇ ਨੇ, ਪਰ ਗੁਰੂ ਦੇ ਉਹ ਵੀ ਬਹੁਤ ਨੇੜੇ ਨੇ। ਇਹ ਗੱਲ ਆਪਾਂ ਕਿਉਂ ਵਰਤੀ, ਕਿਉਂਕਿ ਸਾਡੇ ਦਿਮਾਗ ਵਿੱਚ ਕਈ ਵਾਰ ਇੱਕ ਪੱਖ ਵਹਾਇਆ ਜਾਂਦਾ, ਇੱਕ ਪੱਖ ਨਹੀਂ ਦੋਵੇਂ ਪੱਖ ਨੇਗੇ, ਠੀਕ ਹੈ ਨਾ। ਫਿਰ ਇੱਥੇ ਪਾਤਸ਼ਾਹ ਜੀ ਕਹਿੰਦੇ ਭਾਈ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਸਾਨੂੰ ਜੀਵਨ ਵਿੱਚ ਇੱਕ ਤਾਂ ਸੁੱਖ ਮਿਲਦਾ, ਮਤਲਬ ਕਿ ਅਸੀਂ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਹਾਂ। ਅਸਾਂ ਸੁੱਖ ਦਾ ਸੰਬੰਧ ਨਾ ਸਾਡੀ ਮਹਿਸੂਸਗੀ ਨਾਲ ਆ, ਜੇ ਅਸੀਂ ਮਹਿਸੂਸ ਕਰਾਂਗੇ ਤਾਂ ਅਸੀਂ ਬਹੁਤ ਸੌਖੇ ਹਾਂ ਸਾਰੇ। ਜਿਹੜੇ ਬੰਦੇ ਨੂੰ ਸੌਖੀ ਰੋਟੀ ਮਿਲਦੀ ਹੈ ਨਾ, ਚੰਗਾ 2-3 ਟਾਈਮ ਪ੍ਰਸ਼ਾਦਾ ਮਿਲਦਾ, ਵਧੀਆ ਆਪਣੇ ਪਰਿਵਾਰ ਵਿੱਚ ਜ਼ਿੰਦਗੀ ਗੁਜ਼ਾਰਦਾ, ਇਦੋਂ ਸੌਖਾ ਕੌਣ ਹੋ ਸਕਦਾ ਹੈਗਾ, ਚਾਹੇ ਕੋਈ ਵੀ ਕਿੱਤਾ ਉਹਦਾ, ਦੁਕਾਨਦਾਰੀ, ਖੇਤੀ, ਵਪਾਰ, ਜੋ ਮਰਜ਼ੀ ਹੈ। ਨੰਬਰ 2 ਤੇ ਪਾਤਸ਼ਾਹ ਜੀ ਕਹਿੰਦੇ ਸਹਿਜ ਵਿਸਰਾਮ, ਉਹਦੀ ਜ਼ਿੰਦਗੀ 'ਚ ਸਹਿਜ ਆ ਜਾਂਦਾ ਟਕਾ, ਜਿਹਨੂੰ ਆਪਾਂ ਕਹੀਏ ਵਿਸਰਾਮ ਤੋਂ ਭਾਵ ਹੁੰਦਾ ਸ਼ਾਂਤੀ, ਵਿਸਰਾਮ ਤੋਂ ਭਾਵ ਸ਼ਾਂਤੀ, ਉਹਦੀ ਜ਼ਿੰਦਗੀ 'ਚ ਸਹਿਜ ਸ਼ਾਂਤੀ ਦੀ ਦਾਤ ਗੁਰੂ ਦੇ ਦਿੰਦਾ ਗਾ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਸਾਈ ਘੜੀ ਸੁਲੱਖਣੀ, ਇਹ ਆਪਾਂ ਇੱਕ ਤੁੱਕ ਦੀ ਵਿਚਾਰ ਕਰ ਰਹੇ ਹਾਂ ਜੀ ਤੱਕ, ਸਾਈ ਇਹਨੂੰ ਸਾਈ ਨਹੀਂ ਬੋਲਣਾ ਆਪਾਂ, ਕਿਉਂਕਿ ਸਾਈ ਤੋਂ ਜੇ ਬਿੰਦੀ ਲੱਗੀ ਹੈ ਨਾ ਤਾਂ ਸਾਈ ਤੋਂ ਭਾਵ ਹੈ ਮਾਲਕ, ਤੇ ਸਾਈ ਤੋਂ ਭਾਲ ਹੈ ਭਾਵ ਹੈ ਉਹ। ਸਾਈ ਘੜੀ ਸੁਲੱਖਣੀ, ਉਹ ਘੜੀ ਸੁਲੱਖਣੀ, ਮੇਰੇ ਲਈ ਉਹ ਘੜੀ ਬਹੁਤ ਹੀ ਚੰਗੀ ਆ, ਉਹ ਵਕਤ ਮੇਰੇ ਲਈ ਬਹੁਤ ਚੰਗਾ। ਕਿਹੜਾ ਵਕਤ? ਜਦੋਂ ਮੈਂ ਗੁਰੂ ਕੋਲ ਆਵਾਂ, ਜਾਂ ਜਦੋਂ ਮੇਰੀ ਸੁਰਤ ਵਿੱਚ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਚੱਲੇ, ਜਦੋਂ ਮੇਰੀ ਸੁਰਤ 'ਚ ਸਹਿਜ ਪਾਠ, ਜਦੋਂ ਮੇਰੀ ਸੁਰਤ 'ਚ ਵਧੀਆ ਸੋਹਣੇ ਸੋਹਣੇ ਵਿਚਾਰ ਚੱਲਣ ਨਾ, ਉਹ ਘੜੀ ਤਾਂ ਬਾਹਲੀ ਚੰਗੀ ਆ, ਬਾਹਲੀ ਚੰਗੀ। ਅੱਛਾ, ਇਹਨੂੰ ਆਪਾਂ ਉਲਟਾ ਲਓ ਹੁਣ ਥੋੜ੍ਹਾ ਜਿਹਾ ਪਾਸੇ ਨੂੰ, ਜਦੋਂ ਠੇਕੇ 'ਤੇ ਜਾਈਏ ਉਹ ਵਕਤ ਬਹੁਤ ਮਾੜਾ, ਜਦੋਂ ਆਪਾਂ ਗਲਤ ਕੰਮ ਕਰੀਏ ਨਾ, ਭਾਵਨਾ ਗਲਤ ਹੋਵੇ, ਠੱਗੀ, ਚੋਰਾ, ਚੋਰੀ, ਧੋਖੇ ਦੀ ਆਦਤ ਕੁਛ ਵੀ ਲਾ ਲਓ, ਗਲਤ ਭਾਵਨਾ, ਤੇ ਉਹ ਸਾਡੇ ਲਈ ਬਹੁਤ ਘਟੀਆ ਵਕਤ ਹੈ। ਬਸ ਵਕਤ ਨਹੀਂ ਮਾੜਾ, ਕੋਈ ਦਿਨ ਥਿੱਤ ਵਾਰ ਨਹੀਂ ਮਾੜੇ ਹਨ, ਬੇਦਸ ਮਾਂ ਰੁੱਤੀ ਥਿੱਤੀ ਵਾਰ ਭਲੇ, ਸਭ ਕੁਝ ਚੰਗਾ ਹੈ, ਪਰ ਚੰਗਾ ਹੋਣ ਦੇ ਬਾਵਜੂਦ ਸਾਡੀ ਸੁਰਤ ਤੇ ਡਿਪੈਂਡ ਆ, ਸੁਰਤ ਵਿੱਚ ਮਾੜੇ ਖਿਆਲ ਨੇ, ਸਾਡੇ ਲਈ ਵਕਤ ਮਾੜਾ ਹੋ ਸਕਦਾ ਪਰ ਦੂਜਿਆਂ ਲਈ ਨਹੀਂ ਹੈ।
ਸੁਰਤ 'ਚ ਚੰਗੇ ਖਿਆਲ ਨੇ ਸਾਡੇ ਲਈ ਬਹੁਤ ਚੰਗਾ ਵਕਤ ਹੈ, ਪਰ ਜਿਹੜਾ ਮਾੜੇ ਖਿਆਲਾਂ ਦਾ ਧਾਰਨੀ ਹੋ ਚੁੱਕਿਆ ਉਹਦੇ ਲਈ ਵਕਤ ਮਾੜਾ ਹੋ ਸਕਦਾ। ਤਾਂਹੀਓ ਇੱਥੇ ਗੁਰੂ ਸਾਹਿਬ ਨੇ ਕਿਹਾ ਸਾਈ ਘੜੀ ਸੁਲੱਖਣੀ, ਉਹ ਬੜੀ ਚੰਗੀ ਘੜੀ ਆ, ਬੜੀ ਵਧੀਆ ਘੜੀ ਆ, ਬੜਾ ਵਧੀਆ ਵਕਤ ਹੈ। ਕਿਹੜਾ ਵਕਤ? ਸਿਮਰਤ ਹਰ ਨਾਮ, ਜਦੋਂ ਮੈਂ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਉਹ ਮੇਰੇ ਲਈ ਬਹੁਤ ਚੰਗਾ ਸਮਾਂ, ਚੰਗਾ ਵਕਤ ਹੈ। ਜਿਵੇਂ ਥੋੜ੍ਹਾ ਜਿਹਾ ਮਹਿਸੂਸ ਹੀ ਕਰਨਾ ਆਪਾਂ, ਨੰਦ ਲਾਲ ਨੇ ਨਾ ਮਹਿਸੂਸ ਕੀਤਾ ਸੀ, ਨੰਦ ਲਾਲ ਨੇ ਮਹਿਸੂਸ ਕੀਤਾ ਸੀ। ਕੀ ਮਹਿਸੂਸ ਕੀਤਾ ਸੀ? ਜਿਸ ਦਿਨ ਉਹ ਨਾ ਔਰੰਗਜ਼ੇਬ ਦੇ ਦਰਬਾਰ ਵਿੱਚੋਂ ਭੱਜਿਆ ਆਇਆ ਸੀਗਾ, ਦਰੋਗੇ ਦੇ ਕਹਿਣ ਤੇ ਔਰੰਗਜ਼ੇਬ ਦੇ ਪੁੱਤ ਦੇ ਕਹਿਣ ਤੇ, ਬਹਾਦਰ ਸ਼ਾਹ ਜਿਹੜੀ ਕਿ ਔਰੰਗਜ਼ੇਬ ਦੇ ਚਾਰਾਂ ਪੁੱਤਰਾਂ ਨੂੰ ਨਾ ਇਹ ਪੜ੍ਹਾਉਂਦਾ ਹੁੰਦਾ ਸੀ, ਆਪ ਜੀ ਨੂੰ ਪਤਾ ਹੈ ਨਾ ਇਸ ਗੱਲ ਦਾ। ਤੇ ਜਦੋਂ ਔਰੰਗਜ਼ੇਬ ਨੇ ਇਹਨੂੰ ਮਾਰਨਾ, ਮਿਥਲੇ ਇਹਨੂੰ ਖਤਮ ਕਰ ਦਿਓ, ਇਹਨੂੰ ਜਿਵੇਂ ਮਰਜ਼ੀ ਕਰੋ, ਇਹਨੂੰ ਖਾਣ 'ਚ ਮਿਲਾ ਕੇ ਦਿਓ ਕੁਛ ਉੱਦਾਂ ਸਿੱਧੇ ਤੌਰ 'ਤੇ, ਜਾਂ ਮਤਲਬ ਕਿ ਇਹਦਾ ਧਰਮ ਤਬਦੀਲ ਕਰਕੇ ਸਾਡੇ ਧਰਮ 'ਚ ਲਿਆਓ, ਇਹਨੂੰ ਖਤਮ ਕਰਨਾ। ਤਾਂ ਉਸ ਵਕਤ ਤੋਂ ਭੱਜਿਆ ਸੀਗਾ, ਉਹਨੇ ਮਹਿਸੂਸ ਕੀਤਾ ਸੀ। ਨੰਦ ਲਾਲ ਨੇ ਆਪਣੀਆਂ ਨਾ ਗਜ਼ਲਾਂ ਦੇ ਵਿੱਚ ਲਿਖਿਆ, ਕਹਿੰਦਾ ਮੈਂ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿੱਚ ਆ ਕੇ ਨਾ ਇੱਕ ਗੱਲ ਮਹਿਸੂਸ ਕੀਤੀ। ਕਿਹੜੀ? ਜਿਹੜੀ ਇੱਥੇ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ, ਕਹਿੰਦੇ ਆਹ ਮਹਿਸੂਸ ਕੀਤਾ, ਹੁਣ ਤੱਕ ਮੇਰਾ ਸਮਾਂ ਦਿੱਲੀ ਵਿੱਚ ਬੇਅਰਥ ਗੁਜ਼ਰਿਆ, ਹੁਣ ਤੱਕ ਮੇਰਾ ਵਕਤ ਦਿੱਲੀ ਵਿੱਚ ਬੇਅਰਥ ਗੁਜ਼ਰਿਆ। ਪਰ ਇਹਨੂੰ ਆਪਾਂ ਜੇ ਨੰਦ ਲਾਲ ਦੀ ਬਾਹਰੀ ਦਿੱਖ ਦੇ ਨਾਲ ਵੇਖੀਏ ਤਾਂ ਬੜਾ ਸਮਾਂ ਵਧੀਆ ਸੀਗਾ, ਕਿਉਂ? ਜਿਹਦੀ ਲੀਡਰ ਨਾਲ ਬੈਠਣੀ ਉੱਠਣੀ ਹੋਵੇ, ਜਿਹਦੇ ਮੂੰਹੋਂ ਨਿਕਲਿਆ ਬੋਲ ਭਾਵ ਲੀਡਰ ਦੇ ਕੰਨਾਂ ਤੱਕ ਪਹੁੰਚ ਜਾਵੇ, ਉਹ ਵੀ ਦਿੱਲੀ ਦਾ ਵੱਡਾ ਮੰਤਰੀ ਹੋਵੇ, ਉਹਦੇ ਤੱਕ ਪਹੁੰਚੇ ਤੇ ਉਹਦੀ ਗੱਲ ਲੀਡਰ ਮੰਨੇ, ਤਾਂ ਸੋਚੋ ਸਾਡੀ ਨਿਗਾਹ ਦੇ ਵਿੱਚ ਕੀ ਹੋਊਗਾ। ਮੰਨ ਲਓ ਆਪਾਂ ਆਪਣੇ ਪਿੰਡ ਦੀ ਉਦਾਹਰਣ ਲਾ ਲਓ, ਪਿੰਡ 'ਚ ਭਾਵੇਂ ਕੋਈ ਨਸ਼ਈ ਆ, ਬਲੈਕੀ ਆ, ਭਾਵੇਂ ਕੋਈ ਕਾਲੇ ਕੰਮ ਕਰਦਾ, ਹਨਾ, ਉਹਦੀ ਬੋਲ ਬਾਲੀ ਹੋਵੇ ਲੀਡਰ ਨਾਲ, ਕਿਸੇ ਨਾਲ ਵੀ ਲਾ ਲਓ, ਛੋਟੇ ਵੱਡੇ ਨਾਲ, ਤੇ ਸਾਡੇ ਦਿਮਾਗ 'ਚ ਕੀ ਹੁੰਦਾ? ਇਹ ਤਾਂ ਬਾਹਲਾ ਵਧੀਆ, ਇਹ ਤਾਂ ਬਾਹਲਾ ਚੰਗਾ ਗਾ, ਇਹ ਤਾਂ ਛਿੱਕਾ ਚੱਲਦਾ, ਸਾਡੇ ਦਿਮਾਗ 'ਚ ਆਹ ਖਿਆਲ ਚੱਲਦਾ ਹੁੰਦਾ। ਗੁਰੂ ਸਾਹਿਬ ਕਹਿੰਦੇ ਨਹੀਂ ਪੁੱਤ, ਤੂੰ ਸੁਰਤ ਦੀ ਅੱਖ ਨਾਲ ਵੇਖ, ਉਹਦੇ ਵਰਗਾ ਤਾਂ ਘਟੀਆ ਇਨਸਾਨ ਨਹੀਂ ਹੈਗਾ ਗਾ। ਜੇ ਤਾਂ ਹੁਣ ਆਪਾਂ ਆਨੰਦ ਲਾਲ ਨੂੰ ਬਾਹਰੀ ਤੌਰ 'ਤੇ ਵੇਖਾਂਗੇ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਤੂੰ ਟੀਚਰ ਆ ਉਹਦੇ ਬੱਚਿਆਂ ਦਾ, ਤੇਰੇ ਮੂੰਹ 'ਚੋਂ ਨਿਕਲੀ ਗੱਲ ਉਹ ਸੁਣਦਾ, ਤੇ ਇਦੂ ਚੰਗਾ ਕੀ ਹੋ ਸਕਦਾ? ਪਰ ਆਨੰਦ ਲਾਲ ਕਹਿੰਦਾ ਨਾ, ਇਹ ਤਾਂ ਬਿਲਕੁਲ ਮੇਰੇ ਲਈ ਸਮਾਂ ਘਟੀਆ ਸੀ, ਕਿਉਂ? ਕਿਉਂਕਿ ਮੈਂ ਕਿਸੇ ਦੇ ਗੁਲਾਮ ਸੀ, ਕਿਸੇ ਦੇ ਗੁਲਾਮ ਸੀ, ਉਹਦੇ ਅਧੀਨ ਸੀ, ਤੇ ਉੱਥੇ ਮੈਨੂੰ ਸੁੱਖ ਸਹਿਜ ਵਿਸਰਾਮ ਦੀ ਦਾਤ ਨਹੀਂ ਮਿਲੀ। ਪਰ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ 'ਚ ਆ ਕੇ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਆਹ ਸਮਾਂ ਜਿਹੜਾ ਮੇਰੇ ਲਈ ਬਹੁਤ ਵਧੀਆ, ਇਹ ਟੌਪ ਦਾ ਸਮਾਂ ਮੇਰੇ ਲਈ ਆ ਗਈ, ਮੇਰੇ ਲਈ ਸਾਈ ਘੜੀ ਸੁਲੱਖਣੀ, ਜਿੱਤ ਸਿਮਰਤ ਨਾਮ, ਆਹ ਮੇਰੇ ਲਈ ਘੜੀ ਵਧੀਆ ਗਈ ਜਿਹੜਾ ਮੇਰਾ ਵਕਤ ਗੁਰੂ ਨਾਲ ਜੁੜ ਕੇ ਗੁਜ਼ਰ ਰਿਹਾ ਗਾ। ਠੀਕ ਹੈ ਨਾ। ਫਿਰ ਅੱਗੇ ਪਾਸੇ ਜ਼ਿਕਰ ਕਰਦੇ ਨੇ, ਧਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ। ਫਿਰ ਸਾਡੇ ਲਈ ਭਾਈ ਉਹ ਧਰਤੀ ਵੀ ਚੰਗੀ ਆ, ਕੋਈ ਮਾੜੀ ਨਹੀਂ ਹੁੰਦੀ, ਜਿਵੇਂ ਇੱਥੇ ਇਸ਼ਾਰਾ ਹੀ ਆ, ਕੇਵਲ ਆਪਾਂ ਉੱਧਰ ਪੂਰਾ ਨਹੀਂ ਜਾ ਸਕਾਂਗੇ। ਮਗਹਰ ਦੀ ਧਰਤੀ ਨੂੰ ਮਾੜਾ ਮੰਨਿਆ ਪੁਜਾਰੀ ਤਬਕੇ ਨੇ, ਤੇ ਕਾਂਛੀ ਦੀ ਬਨਾਰਸ ਦੀ ਧਰਤੀ ਨੂੰ ਚੰਗਾ ਮੰਨਿਆ। ਜਿਹੜਾ ਮਗਹਰ ਵਿੱਚ ਜੰਮ ਪਏ ਨਾ ਤੇ ਮਰ ਜੇ ਕਾਂਸੀ ਵਿੱਚ, ਕਹਿੰਦੇ ਸਿੱਧਾ ਸਵਰਗ ਨੂੰ ਜਾਂਦਾ, ਤੇ ਜਿਹੜਾ ਜੰਮੇ ਕਾਂਸੀ 'ਚ ਤੇ ਮਰੇ ਮਗਹਰ ਦੇ ਵਿੱਚ, ਭਾਵ ਉਹ ਸਿੱਧਾ ਨਰਕਾਂ ਨੂੰ ਜਾਂਦਾ, ਗਧੇ ਦੀ ਜੂਨ 'ਚ ਪੈਂਦਾ ਹੈਗਾ।
ਤੇ ਭਗਤ ਕਬੀਰ ਸਾਹਿਬ ਵਰਗਿਆਂ ਦਾ ਸੁਭਾਅ ਉਲਟਾ, ਉਹਨਾਂ ਦਾ ਜਨਮ ਕਾਂਸ਼ੀ ਚ ਤੇ ਅੰਤ ਸਮਾਂ ਮਗਹਰ ਦੇ ਵਿੱਚ, ਬਾਣੀ ਚ ਦਰਜ ਕੀਤਾ ਹੋਇਆ ਭਗਤ ਕਬੀਰ ਸਾਹਿਬ ਵਰਗਿਆਂ ਨੇ। ਕਹਿੰਦੇ ਅੰਤ ਸਮਾਂ ਅਸੀਂ ਇੱਥੇ ਬਤੀਤ ਕਰਨਾ, ਲੋਕਾਂ ਨੂੰ ਪਤਾ ਲੱਗ ਜੇ ਕੋਈ ਧਰਤੀ ਕੋਈ ਏਰੀਆ ਕੋਈ ਥਾਂ ਨਹੀਂ ਮਾੜੀ ਹੁੰਦੀਗੀ, ਪਰ ਬੰਦੇ ਦੇ ਸੁਭਾਅ ਤੇ ਸਾਰਾ ਕੁਛ ਹੈਗਾ, ਸਾਡੇ ਵਿਚਾਰ ਕਿਹੋ ਜਿਹੇ ਆ, ਸਾਡਾ ਸੁਭਾਅ ਕਿਹੋ ਜਿਹਾ। ਕੱਲ ਜਿਸ ਧਰਤੀ ਤੇ ਅੱਜ ਭੱਠੀਆਂ ਸ਼ਰਾਬ ਦੀਆਂ ਚੱਲਦੀਆਂ ਨੇ, ਕੱਲ ਚੱਲਦੀਆਂ ਨੇ ਨਾ, ਅੱਜ ਉਹ ਜਗ੍ਹਾ ਨੂੰ ਬਿਲਕੁਲ ਸਾਫ਼ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਤੇ ਅੱਜ ਭਾਵ ਉਹ ਜਗ੍ਹਾ ਨੂੰ ਸਾਰੇ ਮੱਥਾ ਟੇਕਣ ਲੱਗ ਗਏ ਤੇ ਕੱਲ ਮਾੜਾ ਕਹਿੰਦੇ ਸੀ। ਜਿਸ ਜਗ੍ਹਾ ਤੇ ਵੇਸ਼ਵਾ ਦਾ ਅੱਡਾ ਹੈਗਾ, ਅੱਜ ਸਾਰਿਆਂ ਲਈ ਉਹ ਗਿਰੀ ਹੋਈ ਜਗ੍ਹਾ ਹੈਗੀ, ਨੀਚ ਜਗ੍ਹਾ ਹੈਗੀ, ਪਰ ਜੇ ਉਸੇ ਜਗ੍ਹਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਜੁੜਨ ਲੱਗ ਜੇ ਤੇ ਉਹੀ ਜਗ੍ਹਾ ਚੰਗੀ ਬਣ ਜੂਗੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ, ਉੱਥੋਂ ਦੀ ਧਰਤੀ ਨੂੰ ਫੁੱਲੈ ਧੂਰ ਮੁੱਖ ਲਾਵਾ, ਇੱਕ ਇਸ਼ਾਰਾ ਕਰ ਦਿੱਤਾ ਪਾਤਸ਼ਾਹ ਨੇ। ਕਹਿੰਦੇ ਭਾਈ ਉਹ ਜਗ੍ਹਾ ਪਵਿੱਤਰ ਹੈ, ਸਾਫ਼ ਹੈ, ਜਿੱਥੇ ਮੇਰੇ ਗੁਰੂ ਦਾ ਵਾਸਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਭਉ ਨਾਠਾ ਭਰਮ ਮਿਟ ਗਿਆ, ਰਵਿਆ ਨਿਤ ਨਾਮ, ਫਿਰ ਮੇਰੀ ਜ਼ਿੰਦਗੀ 'ਚੋਂ ਭਾਈ ਇਹ ਸਾਰੇ ਵਹਿਮ ਭਰਮ ਭੁਲੇਖੇ ਮਿਟ ਗਏ, ਹੁਣ ਮੇਰੀ ਜ਼ਿੰਦਗੀ 'ਚ ਕੋਈ ਵੀ ਕਿਸੇ ਤਰ੍ਹਾਂ ਦਾ ਸਹਿਮ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਰਹੇਗੀ। ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਪ੍ਰਗਟ ਭਏ ਸੰਸਾਰ ਮੇਂ ਫਿਰਤੇ ਪਹਿਨਾਮ। ਅਸੀਂ ਭਾਈ ਪਹਿਲਾਂ ਤਾਂ ਨਾ ਪਹਿਨਾਮ ਤੋਂ ਭਾਵ ਹੈ ਸਾਨੂੰ ਕੋਈ ਜਾਣਦਾ ਨਹੀਂ ਸੀਗਾ, ਪ੍ਰਗਟ ਤੋਂ ਭਾਵ ਹੈ ਜਦੋਂ ਦਾ ਮੈਂ ਗੁਰੂ ਨਾਲ ਜੁੜ ਗਿਆ ਨਾ, ਗੁਰੂ ਦੇ ਨੇੜੇ ਆ ਗਿਆ, ਤਾਂ ਹੁਣ ਮੈਨੂੰ ਸਾਰੀ ਜਾਣਨ ਲੱਗ ਗਈ। ਗੁਰੂ ਨਾਲ ਟੁੱਟ ਕੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਉਦੋਂ ਤਾਂ ਅਸੀਂ ਮਤਲਬ ਗੁਰੂ ਨਾਲ ਟੁੱਟੇ ਹੋਏ ਕਰਕੇ ਨਾ ਲੋਕਾਂ ਦੀ ਨਿਗਾਹ 'ਚ ਜ਼ੀਰੋ ਸੀ, ਪਰ ਅੱਜ ਮੈਂ ਮੇਰੇ ਗੁਰੂ ਨਾਲ ਜੁੜ ਕੇ ਨਾ ਹੀਰੋ ਬਣ ਗਿਆ, ਮੈਨੂੰ ਹੁਣ ਸਾਰੀ ਜਾਣਨ ਲੱਗ ਗਈ, ਮੇਰਾ ਨਾਮ ਪ੍ਰਸਿੱਧ ਹੋ ਗਿਆ। ਮੈਨੂੰ ਭਾਵ ਉਹ ਕਿਹੜਾ ਵਿਅਕਤੀ ਹੈ ਜਿਹੜਾ ਜਾਣਦਾ ਨਹੀਂ, ਇਹ ਬਖਸ਼ਿਸ਼ ਕਿੱਥੇ ਜਾ ਕੇ ਹੋਈ ਆ, ਗੁਰੂ ਕੋਲੇ ਜਾ ਕੇ। ਫਿਰ ਆਪਾਂ ਪਾਤਸ਼ਾਹ ਦੀ ਪੰਕਤੀ ਪੜ੍ਹੀਏ, ਪ੍ਰਗਟ ਭਏ ਸੰਸਾਰ ਮੈਂ, ਸੰਸਾਰ ਦੇ ਵਿੱਚ ਮਨ ਪ੍ਰਗਟ ਹੋ ਗਿਆ। ਭਾਈ ਦੇਖੋ ਭਗਤ ਰਵਿਦਾਸ ਤੇ ਭਗਤ ਕਬੀਰ ਦਾ ਇਸ਼ਾਰਾ ਬਹੁਤ ਲੈਂਦੇ ਆ, ਕਿਉਂਕਿ ਉਹ ਇੱਕ ਆਰਥਿਕ ਪੱਖੋਂ ਉਹ ਵਿਅਕਤੀ ਨੇ, ਉਹ ਭਗਤ ਨੇ ਜਿਹੜੇ ਬਿਲਕੁਲ ਨੀਵੇਂ ਤਲ ਤੇ ਕੰਮ ਕਰਦੇ ਨੇ, ਆਪਣੀ ਹੱਥੀਂ ਕਿਰਤ ਕਰਨ ਵਾਲੇ ਨੇ, ਹਨਾ। ਹੁਣ ਦੇਖੋ ਭਗਤ ਤਾਂ ਭਗਤ ਰਾਮਾਨੰਦ, ਭਗਤ ਪਰਮਾਨੰਦ, ਭਗਤ ਪੀਪਾ, ਭਗਤ ਜੈ ਦੇਵੇ, ਭਾਵ ਅਮੀਰ ਘਰਾਂ ਦੇ ਵਿੱਚੋਂ ਨਿਕਲੇ ਹੋਏ ਭਗਤ ਨੇਗੇ, ਪਰ ਉਹਨਾਂ ਦੀ ਗੱਲ ਦੇਖੋ ਸਤਿਕਾਰਯੋਗ ਨੇ, ਗੁਰਬਾਣੀ ਦੇ ਵਿੱਚ ਬੈਠੇ ਹਨ, ਬਹੁਤ ਹੀ ਸਤਿਕਾਰਯੋਗ ਨੇ, ਪਰ ਉਹਨਾਂ ਦੀ ਗੱਲ ਸਟੇਜ ਤੇ ਬਹੁਤ ਘੱਟ ਹੁੰਦੀ ਆ, ਵਿਚਾਰ ਹੁੰਦੀ ਆ, ਗੁਰਬਾਣੀ ਦੀ ਐਸੀ ਗੱਲ ਨਹੀਂ ਵੀ ਨਹੀਂ ਵਿਚਾਰ ਹੁੰਦੀ, ਹੁੰਦੀ ਆ, ਪਰ ਇਸ਼ਾਰਾ ਭਗਤ ਕਬੀਰ ਤੇ ਰਵਿਦਾਸ ਵੱਲ ਕਿਉਂ ਦਾ, ਕਿਉਂਕਿ ਉਹਨਾਂ ਦੀ ਜ਼ਿੰਦਗੀ ਜਿੱਥੇ ਗੁਰਬਾਣੀ ਆ ਨਾ, ਤੇ ਗੁਰਬਾਣੀ ਨੂੰ ਉਹਨਾਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਬਹੁਤ ਜ਼ਿਆਦਾ, ਜਿਹਨੂੰ ਆਪਾਂ 100% ਨਹੀਂ 105% ਕਹਿ ਸਕਦੇ ਹਾਂ, ਵਰਤ ਕੇ ਦਿਖਾਇਆ, ਠੀਕ ਹੈ ਨਾ। ਫਿਰ ਭਾਵ ਕੀ ਹੈ, ਜੇ ਉਹ ਬਨਾਰਸ ਵਿੱਚ ਜਨਮੇ ਨੇ, ਬਨਾਰਸ ਦੀਆਂ ਟੱਲੀਆਂ ਦੀ ਜਿਹੜੀ ਖੜਕਾ ਨਾ ਟਣਕਾਰ ਆ ਗਈ, ਉਹਨਾਂ ਦੀ ਆਵਾਜ਼ ਨੂੰ ਦੱਬ ਲਿਆ ਸੀ, ਉਹਨਾਂ ਦੀ ਆਵਾਜ਼ ਨੂੰ ਨਾ ਟੱਲੀਆਂ ਦੇ ਖੜਕੇ ਨੇ ਦੱਬ ਲਿਆ, ਟੱਲੀਆਂ ਤਾਂ ਆਪਣੇ ਵੀ ਖੜਕਣ ਲੱਗ ਗਈਆਂ, ਟੱਲੀਆਂ ਦੀ ਖੜਕੇ ਨੇ ਨਾ ਦੱਬ ਲਿਆ ਸੀ ਥੱਲੇ। ਪਰ ਚੇਤਾ ਰੱਖਿਓ, ਉਹ ਦੱਬੇ ਹੋਏ ਕੁਚਲੇ ਹੋਏ ਸਾਡੇ ਭਗਤ ਜਨਾਂ ਨੂੰ ਇੱਕ ਤਾਂ ਅੰਦਰ ਦੇ ਸ਼ਬਦ ਦੇ ਪ੍ਰਕਾਸ਼ ਨੇ ਬਾਹਰ ਕੱਢ ਲਿਆ, ਜਿਵੇਂ ਬੀਜ ਆ ਨਾ ਉਹਤੇ ਕਿੰਨੂ ਮਿੱਟੀ ਪੈ ਜੇ, ਉਹਨੇ ਭਾਵ ਆਪਣੀ ਤਾਕਤ ਬੀਜ ਨੇ ਨਾ ਦਿਖਾਉਣੀ ਹੀ ਦਿਖਾਉਣੀ, ਪੁੰਗਰਨਾ ਹੀ ਪੁੰਗਰਨਾ ਹੈ। ਇੱਕ ਤਾਂ ਅੰਦਰੋਂ ਪੁੰਗਰ ਰਿਹਾ ਗਾ ਤੇ ਬਾਹਰੋਂ ਸੂਰਜ ਦੀ ਕਿਰਨ ਮਿਲ ਜੇ, ਫਿਰ ਆਪਾਂ ਨੂੰ ਪਤਾ ਵੀ ਜਿੰਨਾ ਮਰਜ਼ੀ ਵਜਨ ਹੋਵੇ, ਛੋਟੀ ਤੋਂ ਛੋਟੀ
ਭਾਵ ਤਾਕਤ ਦਾ ਬੀਜ ਉਹ ਵੀ ਬਹੁਤ ਵੱਡਾ ਵਜਨ ਮਿੱਟੀ ਦਾ ਆਪਣੇ ਤੋਂ ਚੁੱਕ ਦਿੰਦਾ ਗਾ। ਜਦੋਂ ਇੱਕ ਤਾਂ ਥੱਲੋਂ ਪ੍ਰਗਟ ਹੋ ਗਿਆ, ਉੱਪਰੋਂ ਸੂਰਜ ਦੀ ਕਿਰਨ ਮਿਲ ਗਈ। ਉਹ ਵਿਅਕਤੀ ਭਗਤ ਨੇ ਜਿਹੜੇ ਅੰਦਰੋਂ ਤਾਂ ਭਾਵ ਮਿੱਟੀ ਚੁੱਕ ਰਹੇ ਨੇ, ਮਿੱਟੀ ਤਾਂ ਉਹਨਾਂ ਨੇ ਉਡਾ ਦੀ, ਚੱਕ ਤੀ ਜਿਹੜੀ ਟਣਕਾਰ ਸੀ ਨਾ, ਉਹਨਾਂ ਨੇ ਕਸਰ ਕੋਈ ਨੀ ਛੱਡੀ, ਦੱਬ ਤੇ ਸੀ ਥੱਲੇ, ਪਰ ਉਹਨਾਂ ਨੇ ਅੰਦਰੋਂ ਮਿੱਟੀ ਚੱਕ ਤੀ ਸਭ ਕੁਛ, ਧੁੰਦ ਧਾਰ ਚੱਕ ਤਾ ਨਾ। ਹੁਣ ਬਾਹਰੋਂ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜੀ ਮਿਲ ਗਏ ਸੂਰਜ ਦੀ ਕਿਰਨ ਰੂਪ ਵਿੱਚ, ਤੇ ਫਿਰ ਦੇਖੋ ਪ੍ਰਗਟ ਹੋ ਕੇ ਜਗਤ ਵਿੱਚ ਕਿੰਨਾ ਨਾਮ ਖੱਟਿਆ ਹੈ। ਅੰਦਾਜ਼ਾ ਆਪਣੇ ਮੂਹਰੇ ਹੈਗਾ, ਕੋਈ ਦੂਆ ਆਪਾਂ ਹੋਰ ਉਦਾਹਰਣ ਨਹੀਂ ਲੈ ਸਕਦੇ। ਭਾਵ ਜਿਨ੍ਹਾਂ ਨੂੰ ਦੱਬਣ ਦੀ ਕੋਈ ਕੱਚ ਨਹੀਂ ਛੱਡੀ, ਪਰ ਦਵੇ ਨਹੀਂ, ਬਖਸ਼ਿਸ਼ ਗੁਰੂ ਦੀ ਕਿੱਡੀ ਵੱਡੀ ਆ। ਫਿਰ ਉਹਨਾਂ ਨੇ ਤਾਂ ਹੀ ਕਿਹਾ ਗਾ ਵੀ ਅਸੀਂ ਭਾਵ ਕੋਈ ਵੱਡੀ ਉਕਾਂਤ ਦੇ ਮਾਲਕ ਨਹੀਂ ਸੀ, ਸਾਡੇ ਤੇ ਜੇ ਬਖਸ਼ਿਸ਼ ਹੋਈ ਆ ਤਾਂ ਸ਼ਬਦ ਨੇ ਕੀਤੀ ਆ, ਸ਼ਬਦ ਅੰਦਰ ਸੀ, ਬਾਹਰੋਂ ਸ਼ਬਦ ਮਿਲ ਗਿਆ ਤੇ ਬਹੁਤ ਵੱਡੀ ਬਖਸ਼ਿਸ਼ ਦੇ ਪਾਤਰ ਅਸੀਂ ਬਣ ਗਏ। ਨਾਮਣਾ ਖੱਟ ਗਏ, ਵਡਿਆਈ ਖੱਟ ਗਏ, ਸੋਭਾ ਖੱਟ ਗਏ, ਅਸੀਂ ਵੀ ਸੋ ਇਹੀ ਮਾਲਕ ਦੀ ਬਖਸ਼ ਅੱਗੇ ਅਰਦਾਸ ਕਰੀਏ, ਸਾਡਾ ਵੀ ਭਾਵ ਸੁਭਾਅ ਇੱਦਾਂ ਦਾ ਬਣੇ ਵੀ ਅਸੀਂ ਵੀ ਦੁਨੀਆ ਵਿੱਚ ਆਪਣਾ ਨਾਮ ਕਮਾ ਸਕੀਏ ਤੇ ਵਡਿਆਈ ਗੁਰੂ ਨਾਨਕ ਸਾਹਿਬ ਦੀ ਕਰ ਸਕੀਏ ਭਾਈ, ਠੀਕ ਹੈ ਨਾ। ਫਿਰ ਪਾਤਸ਼ਾਹ ਜੀ ਕਹਿੰਦੇ ਨਾਨਕ ਪ੍ਰਭ ਸਰਨਾਗਤੀ ਘੱਟ ਘੱਟ ਸਭ, ਪਾਤਸ਼ਾਹ ਜੀ ਕਹਿੰਦੇ ਜਾਣ। ਹੁਣ ਗੁਰੂ ਦੀ ਸ਼ਰਨ ਵਿੱਚ ਆ ਕੇ ਭਾਈ ਮੈਨੂੰ ਸਾਰੇ ਜਾਣਨ ਲੱਗ ਗਏ। ਨਾਨਕ ਪ੍ਰਭ ਸ਼ਰਨਾਗਤੀ ਦੀ ਸ਼ਰਨ ਵਿੱਚ ਆਉਣ ਕਰਕੇ, ਸ਼ਰਨ ਵਿੱਚ ਆਉਣ ਤੋਂ ਭਾਵ ਕਿ ਉਹ ਪਹਿਲੇ ਇਸ਼ਾਰੇ ਨੂੰ ਆਪਾਂ ਧਿਆਨ 'ਚ ਰੱਖਣਾ, ਸ਼ਬਦ ਨੂੰ ਸੁਰਤ 'ਚ ਟਿਕਾਉਣਾ ਗੁਰੂ ਦੀ ਸ਼ਰਨ 'ਚ ਆਉਣਾ ਹੈ। ਸਰੀਰ ਕਰਕੇ ਆਏ, ਉਹ ਆਪਾਂ ਪਹਿਲਾਂ ਉਦਾਹਰਣ ਲਿੱਤੇ ਸੀ ਨਾ, ਜੱਗ 'ਚ ਗੁਰੂ ਸਾਹਿਬ ਨੇ ਪਾਣੀ ਪਵਾਇਆ, ਪੱਥਰ ਵਿੱਚ ਪਾਤਾ, ਪੱਥਰ ਬਾਹਰ ਕਢਵਾਇਆ, ਸੁੱਕੇ ਦਾ ਸੁੱਕਾ। ਜੱਗ 'ਚ ਗੁਰੂ ਸਾਹਿਬ ਨੇ ਮਿੱਟੀ ਦਾ ਰੋੜਾ ਪਵਾਇਆ, ਪਰ ਮਿੱਟੀ ਦਾ ਰੋੜਾ ਖੁਰਤਾ ਗਿਆ, ਆਕਾਰ ਤਾਂ ਬਦਲ ਲਿਆ ਪਰ ਆਪਣਾ ਮੂਲ ਨਹੀਂ ਛੱਡ ਸਕਿਆ, ਸੁਭਾਅ ਨਹੀਂ ਛੱਡ ਸਕਿਆ। ਉਹ ਵਿੱਚੀ ਹੈ ਪਰ ਉਹਨੇ ਆਪਣਾ ਵਾਰੀ ਤੌਰ 'ਤੇ ਦ੍ਰਿਸ਼ ਬਦਲ ਲਿਆ, ਫੋਟੋ ਬਦਲ ਲਈ ਉਹਨੇ ਆਪਣੀ। ਅਤੇ ਤੀਜੀ, ਪਤਾਸੇ ਵਿੱਚ ਪਾਏ, ਪਤਾਸੇ ਵਿੱਚ ਖੁਰ ਗਏ। ਅਸੀਂ ਕਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਦੇ ਪਾਤਰ ਬਣਨਾ, ਨਾ ਤਾਂ ਪੱਥਰ ਵਰਗੇ ਅਤੇ ਨਾ ਮਿੱਟੀ ਵਰਗੇ। ਹੁਣ ਬਹੁਤਿਆਂ ਦਾ ਸੁਭਾਅ ਪੱਥਰ ਵਰਗਾ, ਜਿਵੇਂ ਆਉਂਦੇ ਨੇ ਖਾਲੀ ਮੁੜ ਜਾਂਦੇ ਨੇ। ਬਹੁਤਿਆਂ ਦਾ ਸੁਭਾਅ ਮਿੱਟੀ ਵਰਗਾ, ਬਾਹਰੋਂ ਆਕਾਰ ਬਦਲਿਆ ਪਿਆ, ਲੱਗਦਾ ਨੀਲੀ ਪੱਗ ਬੰਨੀ ਆ, ਕਾਲਾ ਗਾਤਰਾ ਪਾਇਆ, ਚਿੱਟੇ ਕੱਪੜੇ ਪਾਏ ਨੇ, ਪੰਜ ਕਕਾਰੀ ਬਾਣਾ ਪਹਿਨੇ ਆ ਨਾ, ਬੜਾ ਵਧੀਆ ਗੁਰਸਿੱਖਾ। ਪਰ ਗੁਰੂ ਨੂੰ ਪੁੱਛਾਂਗੇ ਜਦੋਂ, ਗੁਰੂ ਸਾਹਿਬ ਕਹਿੰਦੇ ਨਹੀਂ ਬੇਟਾ, ਚੰਗੀ ਤਰ੍ਹਾਂ ਥਰਮਾਮੀਟਰ ਲਾ ਕੇ ਵੇਖ ਸ਼ਬਦ ਦਾ, ਜਿਵੇਂ ਸੁਣਿਆ ਨਾ ਕਸਵੱਟੀ ਲਾ ਕੇ ਵੇਖਦਾ, ਇੱਦਾਂ ਭਾਵ ਚੰਗੀ ਤਰ੍ਹਾਂ ਲਾ ਕੇ ਦੇਖ ਵੀ ਸੱਚਮੁੱਚ ਇੱਦਾਂ ਦਾ ਸੁਭਾਅ ਚੰਗਾ ਗਾ ਕਿ ਇਹਦਾ ਮਾੜਾ ਗਾ, ਸੱਚਮੁੱਚ ਵੇਖ। ਫਿਰ ਤੀਜੇ ਕੌਣ ਨੇ, ਜਿਹੜੇ ਵਿੱਚ ਲੀਨ ਹੋ ਗਏ, ਜਿਹੜੇ ਵਿੱਚ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਨਾਲ ਆਪਣਾ ਸੁਭਾਅ ਬਿਲਕੁਲ ਇੱਕ ਮਿਕ ਕਰ ਗਏ, ਭਾਈ ਲਾਲੋ ਵਰਗੇ, ਮਰਦਾਨੇ ਵਰਗੇ, ਨੰਦ ਲਾਲ ਵਰਗੇ, ਹੈ ਨਾ, ਮੱਖਣ ਸ਼ਾਹ ਲਵਾਣੇ ਵਰਗੇ, ਲੱਖੀ ਸ਼ਾਹ ਵਣਜਾਰੇ ਵਰਗੇ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਅੱਗਾਂ ਲਾਤੀਆਂ ਪਰ ਉਹ ਘਰ ਸਦਾ ਵਾਸਤੇ ਆਜ਼ਾਦ ਹੋ ਗਏ, ਅਮਰ ਹੋ ਗਏ। ਅੱਜ ਵੀ ਰਕਾਬਗੰਜ ਗੁਰਦੁਆਰਾ ਸਾਹਿਬ ਆਪਾਂ ਸਾਰੇ ਦਰਸ਼ਨ ਕਰਦੇ ਹਾਂ। ਸੋ ਗੁਰੂ ਸਾਹਿਬ ਕਿਰਪਾ ਕਰੇ, ਇੱਦਾਂ ਦਾ ਪਾਤਸ਼ਾਹ ਜੀ ਕਹਿੰਦੇ ਸੁਭਾਅ ਅਸੀਂ ਆਪਣਾ ਭਾਈ ਬਣਾਉਣਾਗਾ, ਸ਼ਬਦ ਨੂੰ ਸੁਰਤ ਵਿੱਚ ਟਿਕਾ ਕੇ ਗੁਰੂ ਦੀ ਸ਼ਰਨ ਦੇ ਪਾਤਰ ਬਣਨਾ ਹੈ। ਫੁੱਲਾਂ ਦੀ ਖਿਮਾ, ਸਭ ਦਾ ਧੰਨਵਾਦ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।